ज्ञान प्रचंड, ज्ञान प्रचंड। जेसो चंदा उग वह सूरज चढ़े हजार, एते चानन होंदे आं गुर बिन कोर अंधार। वाहे गुरु जी का खालसा, वाहे गुरु जी की फतेह। मैं सतवीर सिंह, मैं अमनप्रीत कौर, ते असी लेके आए हां प्रश्नोत्तरी मुकाबले ज्ञान प्रचंड सीजन 2। ज्ञान प्रचंड, ज्ञान प्रचंड। गुरु पातशाह जी ने कहा है कि उस अकाल पुरख ने हर एक इंसान नू ज्ञान दे रूप विच अजिहा खजाना दिता है जिहड़ा कि उस तो कोई भी खो नहीं सकता, ते जेकर योग गुरु दी शरण मिल जावे तां उस खजाने दे रूप विच होर भी वाधा हो जांदा है। साडे विद्यार्थियों दे जीवन विच इसे ज्ञान रूपी खजाने विच वाधा करन लई धर्म प्रचार कमेटी, श्रोमणी गुरुद्वारा प्रबंधक कमेटी दे सहयोग नाल डायरेक्टरेट ऑफ एजुकेशन वालों स्कूलों दे प्रश्नोत्तरी मुकाबले करवाए जा रहे हैं। ते इस वारे मुकाबले बेहद खास ने क्योंकि इन्हां मुकाबलियां नूं समर्पित किया गया है श्री गुरु रामदास जी दे 450 साला गुरगद्दी दिवस नूं, अते श्री गुरु अमरदास जी दे 450 साला ज्योति जोत दिवस नूं। ते इस मुकाबले दे विच अज असी सेमीफाइनल राउंड लैके हाजिर होए हाँ। पिछले पड़ाव विचों चुनिया गईयां चार टीमां सेमीफाइनल दे विच खेडण लई साडे कोल इत्थे मौजूद ने, ते इन्हां चार टीमां दे नाल तुहाडी जान पहचान असी पहलां करवावांगे। ते इहदे विच साडे कोल पहली टीम जिहड़ी पहुंची है ऊड़ा टीम, ਉਹ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਸ ਕਾਲਜ ਕਰਹਾਲੀ ਸਾਹਿਬ ਪਟਿਆਲਾ ਕਾਲਜੇਟ ਸਕੂਲ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਦੂਜੀ ਟੀਮ ਹੈ ਜੀ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਗੁਰਦਾਸਪੁਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੀਸਰੀ ਟੀਮ ਈਡੀ ਟੀਮ ਹੈ ਜੀ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਦੇਵਾਲ ਮਾਹਿਲਪੁਰ ਹੁਸ਼ਿਆਰਪੁਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਚੌਥੀ ਟੀਮ ਹੈ ਜੀ ਮਾਤਾ ਸਾਹਿਬ ਕੌਰ ਗਰਲਸ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਬਠਿੰਡਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰੋਂ ਟੀਮਾਂ ਦੇ ਨਾਲ ਸਤਵੀਰ ਸਿੰਘ ਜੀ ਮੁਲਾਕਾਤ ਹੋ ਚੁੱਕੀ ਹੈ, ਤੇ ਹੁਣ ਅਸੀਂ ਆਪਣੇ ਮਾਨਯੋਗ ਜੱਜ ਸਾਹਿਬ ਦੇ ਨਾਲ ਵੀ ਮੁਲਾਕਾਤ ਕਰ ਲਈਏ, ਤੇ ਦਰਸ਼ਕਾਂ ਨੂੰ ਵੀ ਇਹਨਾਂ ਦੇ ਨਾਲ ਰੂਬਰੂ ਕਰਵਾ ਦਈਏ ਕਿਉਂਕਿ ਸਾਡੇ ਕੋਲ ਅੱਜ ਪਹਿਲੇ ਸਾਡੇ ਮਾਨਯੋਗ ਜੱਜ ਸਾਹਿਬ ਨੇ ਡਾਕਟਰ ਰਵਿੰਦਰ ਸਿੰਘ ਰੇਖੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਤੋਂ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੂਜੇ ਜੱਜ ਸਾਹਿਬਾਨ ਨੇ ਪ੍ਰੋਫੈਸਰ ਹਰਪਿੰਦਰ ਸਿੰਘ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ। ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤੋਂ ਬਾਅਦ ਹੁਣ ਸਮਾਂ ਆਉਂਦਾ ਜੀ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਇਸ ਮੁਕਾਬਲੇ ਦੇ ਜਿਹੜਾ ਫਾਈਨਲ ਰਾਊਂਡ ਆ ਉਸ ਵਿੱਚ ਪਹਿਲੇ, ਦੂਜੇ, ਤੀਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਲਈ ਵਿਸ਼ੇਸ਼ ਇਨਾਮ ਐਲਾਨੇ ਗਏ ਹਨ। ਤੇ ਪਹਿਲਾ ਇਨਾਮ ਜਿਹੜਾ ਜਾਵੇਗਾ ਜੀ ਉਸ ਦੇ ਲਈ ਟੀਮ ਲੈ ਕੇ ਜਾਵੇਗੀ 1 ਲੱਖ ਰੁਪਏ ਦੀ ਨਗਦ ਰਾਸ਼ੀ। ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਮਿਲਣਗੇ 75,000 ਰੁਪਏ ਦੀ ਇਨਾਮ ਰਾਸ਼ੀ।
ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਲੈ ਕੇ ਜਾਵੇਗੀ ਜੀ 51,000 ਰੁਪਏ ਦੀ ਨਗਦ ਰਾਸ਼ੀ ਦਾ ਇਨਾਮ। ਸੋ ਇਹ ਤਿੰਨ ਇਨਾਮ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੀਆਂ ਟੀਮਾਂ ਦੇ ਲਈ ਰੱਖੇ ਗਏ ਹਨ। ਤੇ ਅੱਜ ਅਸੀਂ ਜਿਵੇਂ ਪਹਿਲਾਂ ਦੱਸਿਆ ਕਿ ਸੈਮੀ ਫਾਈਨਲ ਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ, ਚਾਰੋਂ ਟੀਮਾਂ ਤਿਆਰ ਵਰ ਤਿਆਰ ਸਾਡੇ ਕੋਲ ਪਹੁੰਚੀਆਂ ਨੇ ਤੇ ਹੁਣ ਅਸੀਂ ਚੱਲਦੇ ਹਾਂ ਜੀ ਮੁਕਾਬਲੇ ਵੱਲ। ਬਿਲਕੁਲ ਜੀ, ਤੇ ਇਹ ਮੁਕਾਬਲਾ ਹੋਵੇਗਾ ਜੀ 5 ਰਾਊਂਡਸ ਦੇ ਵਿੱਚ। ਤੇ ਸਭ ਤੋਂ ਪਹਿਲਾਂ ਜਿਹੜਾ ਰਾਊਂਡ ਹੈ ਉਹ ਹੈ ਗੁਰਬਾਣੀ ਦੇ ਨਾਲ ਸੰਬੰਧਿਤ ਰਾਊਂਡ। ਰਾਊਂਡ ਸ਼ੁਰੂ ਕਰਨ ਤੋਂ ਪਹਿਲਾਂ ਚੱਲਦੇ ਹਾਂ ਜੀ ਇਹਨਾਂ ਦੇ ਨਿਯਮਾਂ ਦੇ ਵੱਲ। ਬੱਚਿਓ, ਤੁਹਾਨੂੰ ਸਾਰਿਆਂ ਨੂੰ ਇਸ ਰਾਊਂਡ ਦੇ ਵਿੱਚ ਗੁਰਬਾਣੀ ਨਾਲ ਸੰਬੰਧਿਤ ਦੋ ਦੋ ਸਵਾਲ ਪੁੱਛੇ ਜਾਣਗੇ। ਸਹੀ ਜਵਾਬ ਦੇਣ ਵਾਲੀ ਟੀਮ ਨੂੰ ਮਿਲਣਗੇ ਜੀ 10 ਅੰਕ ਤੇ ਸਮਾਂ ਹੋਵੇਗਾ ਜੀ 15 ਸਕਿੰਟਾਂ ਦਾ ਜੀ। ਤੇ ਸਵਾਲ ਤੋਂ ਬਾਅਦ ਤੁਹਾਨੂੰ ਆਪਸ਼ਨਸ ਵੀ ਦਿੱਤੇ ਜਾਣਗੇ ਜਿਸ ਵਿੱਚੋਂ ਤੁਸੀਂ ਸਹੀ ਜਵਾਬ ਚੁਣ ਕੇ ਸਾਨੂੰ ਦੱਸਣਾ ਹੈ। ਚਲੀਏ ਜੀ ਫਿਰ ਊੜਾ ਟੀਮ ਦੇ ਕੋਲ। ਬਿਲਕੁਲ ਜੀ, ਊੜਾ ਟੀਮ ਜੋ ਕਿ ਆਈ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਸ ਕਾਲਜ ਕਰਹਾਲੀ ਸਾਹਿਬ ਪਟਿਆਲਾ ਕੋਲਜੀਏਟ ਸਕੂਲ। ਤੇ ਤੁਹਾਡੇ ਲਈ ਸਵਾਲ ਹੈ, ਜਪਜੀ ਸਾਹਿਬ ਅਨੁਸਾਰ ਧਰਮ ਦਾ ਪੁੱਤਰ ਕੌਣ ਹੈ? ਆਪਸ਼ਨਸ ਨੇ ਦਇਆ, ਸੰਤੋਖ, ਹੰਕਾਰ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ। ਦਇਆ। ਊੜਾ ਟੀਮ ਨੇ ਜਵਾਬ ਦਿੱਤਾ ਦਇਆ। ਤਾਂ ਊੜਾ ਟੀਮ ਦਾ ਜਵਾਬ ਬਿਲਕੁਲ ਸਹੀ ਹੈ। 10 ਅੰਕਾਂ ਦੇ ਨਾਲ ਊੜਾ ਟੀਮ ਨੇ ਇਸ ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ। ਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਐੜਾ ਟੀਮ ਲਈ ਸਵਾਲ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਕੁੱਲ ਕਿੰਨੇ ਸ਼ਬਦ ਦਰਜ ਹਨ? ਤੁਹਾਡੀਆਂ ਆਪਸ਼ਨਸ ਨੇ 62, 116, ਕੋਈ ਨਹੀਂ, 976। ਕੋਈ ਵੀ ਨਹੀਂ। ਬੜੀ ਤੇਜ਼ੀ ਨਾਲ ਜਵਾਬ ਆਇਆ ਜੀ, ਬਿਲਕੁਲ ਸਹੀ ਜਵਾਬ। ਇਹਨਾਂ ਦੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਸੋ ਹੁਣ ਈੜੀ ਟੀਮ ਵੱਲ ਚੱਲਦੇ ਹਾਂ ਜੀ। ਤੁਹਾਡੇ ਲਈ ਸਵਾਲ ਹੈ, ਆਨੰਦ ਸਾਹਿਬ ਅਨੁਸਾਰ ਪੰਚ ਦੂਤ ਕਿਹੜੇ ਹਨ? ਕਾਮ ਅਤੇ ਕ੍ਰੋਧ, ਲੋਭ ਅਤੇ ਮੋਹ, ਅਹੰਕਾਰ ਜਾਂ ਫਿਰ ਇਹ ਸਾਰੇ ਹੀ? ਇਹ ਸਾਰੇ ਹੀ। ਸੋ ਜਵਾਬ ਇਹਨਾਂ ਦਾ ਬਿਲਕੁਲ ਸਹੀ ਹੈ। ਤੇ ਇਹਦੇ ਨਾਲ ਈੜੀ ਟੀਮ ਨੇ ਵੀ ਆਪਣੇ ਖਾਤੇ ਦੇ ਵਿੱਚ 10 ਅੰਕ ਪਾ ਕੇ ਇਸ ਮੁਕਾਬਲੇ ਦੀ ਬੜੀ ਬੇਹੱਦ ਖੂਬਸੂਰਤ ਸ਼ੁਰੂਆਤ ਕਰ ਦਿੱਤੀ ਹੈ ਜੀ। ਹੁਣ ਚੱਲਦੇ ਹਾਂ ਜੀ ਟੀਮ ਸੱਸਾ ਦੇ ਕੋਲ। ਤੁਹਾਡੇ ਲਈ ਸਵਾਲ ਹੈ ਜੀ, ਜਾਪ ਸਾਹਿਬ ਵਿੱਚ ਭਗਵਤੀ ਛੰਦ ਦੀ ਵਰਤੋਂ ਕਿੰਨੀ ਵਾਰ ਕੀਤੀ ਗਈ ਹੈ? ਤੁਹਾਡੇ ਆਪਸ਼ਨਸ ਨੇ 5, 1, 3, 2। ਦੋ ਵਾਰ। ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਤੇ ਫਿਰ ਚੱਲਦੇ ਹਾਂ ਜੀ ਊੜਾ ਟੀਮ ਦੇ ਕੋਲ। ਤਿਆਰ ਹੋ ਜੀ, ਇਸ ਵਾਰ ਬਿਲਕੁਲ ਤਿਆਰ। ਸਵਾਲ ਆ ਰਿਹਾ ਜੀ ਤੁਹਾਡੇ ਲਈ। ਹੁਣ ਚੱਲਦੇ ਹਾਂ ਜੀ ਊੜਾ ਟੀਮ ਕੋਲ ਉਹਨਾਂ ਦੇ ਦੂਸਰੇ ਸਵਾਲ ਦੇ ਲਈ। ਤੁਹਾਡੇ ਲਈ ਸਵਾਲ ਹੈ, ਤੁਸੀਂ ਇੱਕ ਤੁੱਕ ਇਧਰੋਂ ਤੁਹਾਨੂੰ ਦੱਸੀ ਜਾਵੇਗੀ, ਉਸਨੂੰ ਪੂਰਾ ਕਰਨਾ ਹੈ, ਉਸ ਤੋਂ ਅਗਲੀ ਤੁੱਕ ਦੱਸਣੀ ਹੈ। ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ। ਸੋ ਊੜਾ ਟੀਮ ਵੱਲੋਂ ਇਸ ਸਵਾਲ ਦੇ ਲਈ ਜਵਾਬ ਨਹੀਂ ਆਇਆ। ਸਰ ਜਵਾਬ ਇਸ ਤਰ੍ਹਾਂ ਸੀ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਸੋ ਕੋਈ ਗੱਲ ਨਹੀਂ, ਖਾਤੇ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਵਾਰੀ, ਅਜੇ ਬਹੁਤ ਸਾਰੇ ਰਾਊਂਡਸ ਨੇ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਜੀ ਐੜਾ ਟੀਮ ਵੱਲ। ਤੁਹਾਡੇ ਲਈ ਹੈ ਜੀ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ।
ਰਿਪੀਟ ਨਹੀਂ ਹੋਣਾ ਬੇਟਾ, ਟਾਈਮ ਰਹਿੰਦੇ ਜਵਾਬ ਦਿਓ। ਆਪੇ ਸਿਰ ਸਭ ਉਪਾਈ ਜੀ, ਤੁਧ ਆਪੇ ਸਿਰ ਸਭ ਗੋਈ। ਜਵਾਬ ਆਇਆ ਜੀ, ਤੁਧ ਆਪੇ ਸਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਇਹਨਾਂ ਦਾ ਇਹ ਜਵਾਬ ਬਿਲਕੁਲ ਦਰੁਸਤ ਹੈ ਜੀ। ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ ਜੀ। ਈਡੀ ਟੀਮ ਦੇ ਲਈ ਇਸੇ ਤਰ੍ਹਾਂ ਦਾ ਹੀ ਸਵਾਲ ਹੈ, ਤੁਸੀਂ ਤੁੱਕ ਪੂਰੀ ਕਰਨੀ ਹੈ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਵਾਹ ਜੀ ਵਾਹ, ਬਹੁਤ ਖੂਬ। ਸੋ ਬਹੁਤ ਸੋਹਣਾ ਜਵਾਬ ਦਿੰਦੀਆਂ ਹੋਈਆਂ ਟੀਮਾਂ। ਸਹੀ ਜਵਾਬ ਈਡੀ ਟੀਮ ਵੱਲੋਂ, 10 ਅੰਕ ਈਡੀ ਟੀਮ ਦੇ ਖਾਤੇ ਵਿੱਚ ਜੁੜ ਗਏ ਨੇ ਜੀ। ਹੁਣ ਚੱਲਦੇ ਹਾਂ ਜੀ ਟੀਮ ਸੱਸਾ ਦੇ ਕੋਲ। ਤੁਹਾਡੇ ਲਈ ਹੈ ਜੀ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰ ਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਬਿਲਕੁਲ ਸਹੀ ਜਵਾਬ, ਤੁਹਾਨੂੰ ਮਿਲਦੇ ਨੇ ਜੀ 10 ਅੰਕ। ਸੋ ਇਹਦੇ ਨਾਲ ਹੀ ਜਿਹੜਾ ਪਹਿਲਾ ਰਾਊਂਡ ਸੀ ਗੁਰਬਾਣੀ ਨਾਲ ਸੰਬੰਧਿਤ, ਉਹ ਇੱਥੇ ਹੀ ਮੁਕੰਮਲ ਹੁੰਦਾ ਹੈ। ਤੇ ਹੁਣ ਅਸੀਂ ਚੱਲਦੇ ਹਾਂ ਜੀ ਅਗਲੇ ਰਾਊਂਡ ਵੱਲ, ਜੋ ਕਿ ਹੈ ਗੁਰ ਇਤਿਹਾਸ ਦੇ ਨਾਲ ਸੰਬੰਧਿਤ। ਤੇ ਸਾਰੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ, ਸਤਵੀਰ ਸਿੰਘ ਜੀ ਤੁਸੀਂ ਦੇਖੋ ਇਹਨਾਂ ਦੇ ਸਕੂਲਾਂ ਦੇ ਨਾਮ ਜਿਹੜੇ ਨੇ ਕਿੰਨੇ ਖੂਬਸੂਰਤ ਨੇ, ਕਿੰਨੇ ਜ਼ਿਆਦਾ ਮਹੱਤਵ ਰੱਖਦੇ ਨੇ ਇਹ ਨਾਮ, ਜਿਹੜੀਆਂ ਜਿਹੜੀਆਂ ਥਾਵਾਂ ਤੋਂ ਆਏ ਨੇ। ਤੇ ਪਹਿਲਾਂ ਊੜਾ ਟੀਮ ਕੋਲ ਹੀ ਚੱਲਦੇ ਹਾਂ। ਤੁਸੀਂ ਆਏ ਹੋ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਪਟਿਆਲਾ ਤੋਂ। ਤੁਸੀਂ ਦੱਸ ਸਕਦੇ ਹੋ ਕਿ ਵਿਸ਼ੇਸ਼ਤਾ ਹੈ ਇਸ ਸਥਾਨ ਦੀ ਜਿੱਥੇ ਤੁਹਾਡਾ ਸਕੂਲ ਹੈ? ਇੱਥੇ ਸ਼੍ਰੀ ਕਰਹਾਲੀ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ। ਇੱਥੇ 9ਵੇਂ ਪਾਤਸ਼ਾਹ ਅਤੇ 6ਵੇਂ ਪਾਤਸ਼ਾਹ ਜੀ ਆਏ ਸੀ। ਵਾਹ ਜੀ ਵਾਹ। ਸੋ ਦੋ ਗੁਰੂ ਸਾਹਿਬ ਇੱਥੇ ਆਏ ਸੀ, ਉਹਨਾਂ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ ਜਿੱਥੇ ਸਕੂਲ ਹੈ। ਸੋ ਬਹੁਤ ਵਡਭਾਗੇ ਹਾਂ ਅਸੀਂ ਕਿ ਅਜਿਹੀਆਂ ਥਾਵਾਂ ਦੇ ਉੱਤੇ ਸਾਨੂੰ ਨਤਮਸਤਕ ਹੋਣ ਦਾ ਰੋਜ਼ ਮੌਕਾ ਮਿਲਦਾ ਹੈ ਨਾ। ਜਦੋਂ ਸਕੂਲ ਜਾਂਦੇ ਹੋ ਉਦੋਂ ਹੀ ਯਾਦ ਕਰਦੇ ਹੋਵੋਗੇ। ਅਤੇ ਫਿਰ ਹੁਣ ਤੁਹਾਡਾ ਜਿਹੜਾ ਪਹਿਲਾ ਸਵਾਲ ਹੈ ਉਹ ਵੀ ਗੁਰੂ ਇਤਿਹਾਸ ਦੇ ਨਾਲ ਸੰਬੰਧਿਤ ਹੈ। ਅਤੇ ਲੈ ਕੇ ਆਈਏ ਜੀ ਤੁਹਾਡੇ ਲਈ ਸਵਾਲ ਜੀ। ਤੁਹਾਡੇ ਲਈ ਸਵਾਲ ਹੈ, ਸ਼੍ਰੀ ਗੁਰੂ ਅਮਰਦਾਸ ਜੀ ਕਿੰਨਾ ਸਮਾਂ ਗੁਰਤਾ ਗੱਦੀ 'ਤੇ ਬਿਰਾਜਮਾਨ ਰਹੇ? ਆਪਸ਼ਨਸ ਨੇ 22 ਸਾਲ 4 ਮਹੀਨੇ, 22 ਸਾਲ 5 ਮਹੀਨੇ, 24 ਸਾਲ 6 ਮਹੀਨੇ ਜਾਂ ਫਿਰ 26 ਸਾਲ 3 ਮਹੀਨੇ। ਬਾਈ ਸਾਲ ਪੰਜ ਮਹੀਨੇ। ਬਿਲਕੁਲ ਦ੍ਰਿੜਤਾ ਨਾਲ ਦਿੱਤਾ ਜਵਾਬ, ਸਾਥੀ ਨੇ ਕਿਹਾ ਸੀ ਇਹ ਜਵਾਬ ਹੈ। ਹਾਂਜੀ, ਤੇ ਬਿਲਕੁਲ ਸਹੀ ਦੱਸਿਆ ਜੀ ਤੁਹਾਡੇ ਸਾਥੀ ਨੇ, 10 ਨੰਬਰ ਤੁਹਾਨੂੰ ਦਵਾ ਦਿੱਤੇ ਨੇ ਜੀ ਇਸ ਸਹੀ ਜਵਾਬ ਦੇ ਨਾਲ। ਹੁਣ ਚੱਲਦੇ ਹਾਂ ਜੀ ਟੀਮ ਐੜਾ ਦੇ ਕੋਲ ਜੀ। ਤੁਹਾਡਾ ਸਵਾਲ ਹੈ ਜੀ, ਪੀਰ ਬੁੱਧੂ ਸ਼ਾਹ ਜੀ ਦੇ ਕਿੰਨੇ ਪੁੱਤਰ ਸਨ? ਤੁਹਾਡੀਆਂ ਆਪਸ਼ਨਸ ਨੇ 3, 4, 2, 5। 4 4। ਬਿਲਕੁਲ ਸਹੀ ਜਵਾਬ, ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਸੋ ਹੁਣ ਵਾਰੀ ਹੈ ਜੀ ਈਡੀ ਟੀਮ ਦੀ। ਤੁਹਾਡੇ ਲਈ ਸਵਾਲ ਹੈ, ਭਾਈ ਪਾਰੋ ਜੀ ਨੇ ਕਿਹੜੇ ਗੁਰੂ ਸਾਹਿਬ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ? ਆਪਸ਼ਨਸ ਨੇ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰ ਰਾਏ ਜੀ। ਆਪਸ਼ਨਸ ਰਿਪੀਟ ਕਰੀਏ ਜਾਨ। ਆਪਸ਼ਨਸ ਨਹੀਂ ਰਿਪੀਟ ਹੋਣਗੀਆਂ ਬੇਟਾ। ਸਮਾਂ ਸਮਾਪਤ।
ਸੋ ਈਡੀ ਟੀਮ ਨੂੰ ਸਵਾਲ ਪੁੱਛਿਆ ਗਿਆ ਸੀ, ਉਸਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਕੋਈ ਸ਼ਸ਼ੋ ਪੰਜ ਦੇ ਵਿੱਚੋਂ ਪਏ ਜਵਾਬ ਨੂੰ ਲੈ ਕੇ, ਉਹ ਜਵਾਬ ਜੋ ਕਿ ਆਪਸ਼ਨਸ ਵਿੱਚ ਨਹੀਂ ਸੀ। ਸੋ ਤੁਹਾਨੂੰ ਦੱਸ ਦਈਏ ਜੀ ਕਿ ਸਭ ਤੋਂ ਪਹਿਲਾਂ ਭਾਈ ਪਾਰੋ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿੱਚ ਆਏ ਸੀ, ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੰਪਰਕ ਵਿੱਚ। ਸੋ ਤੁਹਾਨੂੰ ਆਪਸ਼ਨਸ ਦੇ ਵਿੱਚ ਜੋ ਬੈਸਟ ਆਪਸ਼ਨ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਚੁਣ ਲੈਣਾ ਹੈ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਨਹੀਂ ਤਾਂ ਫਿਰ 10 ਨੰਬਰ ਖੁੰਝਾ ਦਿਓਗੇ, ਠੀਕ ਹੈ। ਕੁਐਸਚਨ ਦੇ ਉੱਤੇ ਪੂਰਾ ਤੁਸੀਂ ਕੇਂਦਰਿਤ ਕਰਨਾ ਆਪਣੇ ਆਪ ਨੂੰ। ਸੋ ਈਡੀ ਟੀਮ ਵੱਲੋਂ ਜਵਾਬ ਨਹੀਂ ਆਇਆ ਜੀ, 10 ਨੰਬਰ ਈਡੀ ਟੀਮ ਦੇ ਖਾਤੇ ਵਿੱਚ ਨਹੀਂ ਗਏ। ਅਤੇ ਹੁਣ ਅਸੀਂ ਚੱਲਦੇ ਹਾਂ ਜੀ ਸੱਸਾ ਟੀਮ ਦੇ ਕੋਲ। ਸੱਸਾ ਟੀਮ ਜੋ ਕਿ ਤਲਵੰਡੀ ਸਾਬੋ ਤੋਂ ਆਈ ਹੈ, ਤੁਹਾਡੇ ਲਈ ਸਵਾਲ ਹੈ, ਦਿੱਲੀ ਵਿੱਚ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਉਸਾਰੀ ਦੀ ਸੇਵਾ ਕਿਸ ਨੇ ਕਰਵਾਈ? ਤੁਹਾਡੇ ਆਪਸ਼ਨਸ ਨੇ ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ, ਭਾਈ ਬਘੇਲ ਸਿੰਘ ਜੀ, ਭਾਈ ਗਰਜਾ ਸਿੰਘ ਜੀ। ਭਾਈ ਬਘੇਲ ਸਿੰਘ ਜੀ। ਭਾਈ ਬਘੇਲ ਸਿੰਘ ਜੀ ਜਵਾਬ ਆਇਆ ਜੀ, ਤੁਹਾਡਾ ਜਵਾਬ ਬਿਲਕੁਲ ਸਹੀ ਹੈ ਜੀ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਨੇ ਜੀ 10 ਅੰਕ। ਸੋ ਚੱਲਦੇ ਹਾਂ ਜੀ ਹੁਣ ਊੜਾ ਟੀਮ ਕੋਲ ਫੇਰ ਉਹਨਾਂ ਦੇ ਸਵਾਲ ਦੇ ਲਈ। ਸਵਾਲ ਹੈ ਜੀ ਤੁਹਾਡੇ ਲਈ ਕਿ ਗੁਰੂ ਅਰਜਨ ਦੇਵ ਜੀ ਦੇ ਭਰਾ ਬਾਬਾ ਮਹਾਦੇਵ ਜੀ ਦਾ ਵਿਆਹ ਕਿੱਥੇ ਹੋਇਆ? ਆਪਸ਼ਨਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ ਲੋਧੀ, ਤਰਨ ਤਾਰਨ ਸਾਹਿਬ। ਸੋ ਵਿਚਾਰ ਵਿਮਰਸ਼ ਚੱਲ ਰਿਹਾ ਜੀ, ਖਡੂਰ ਸਾਹਿਬ। ਸੋ ਜਵਾਬ ਆਉਂਦਾ ਜੀ ਖਡੂਰ ਸਾਹਿਬ, ਬਿਲਕੁਲ ਅੰਤਿਮ ਸਮੇਂ ਦੇ ਨਜ਼ਦੀਕ ਹੀ ਬੜੀ ਤੇਜ਼ੀ ਨਾਲ ਫਿਰ ਜਵਾਬ ਦਿੱਤਾ ਤੇ ਤੇਜ਼ੀ ਨਾਲ ਹੀ ਤੁਹਾਡੇ ਖਾਤੇ 'ਚ 10 ਅੰਕ ਵੀ ਪਾ ਦਿੰਦੇ ਹਾਂ ਜੀ ਸਹੀ ਜਵਾਬ ਦੇ ਲਈ। ਹੁਣ ਚੱਲਦੇ ਹਾਂ ਜੀ ਆਪਣੀ ਅਗਲੀ ਟੀਮ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਮਾਥੋਂ ਮੁਰਾਰੀ ਦੀ ਸਾਂਝੀ ਪ੍ਰਚਾਰ ਮੰਜੀ ਦਾ ਕੇਂਦਰ ਕਿੱਥੇ ਸੀ? ਤੁਹਾਡੇ ਆਪਸ਼ਨਸ ਨੇ ਅਲੀਵਾਲ ਜ਼ਿਲ੍ਹਾ ਫਿਰੋਜ਼ਪੁਰ, ਸੇਖਵਾ ਜ਼ਿਲ੍ਹਾ ਫਿਰੋਜ਼ਪੁਰ, ਭਾਗੋਵਾਲ ਜ਼ਿਲ੍ਹਾ ਫਿਰੋਜ਼ਪੁਰ ਜਾਂ ਸੁਲਤਾਨਵਾਲ ਜ਼ਿਲ੍ਹਾ ਫਿਰੋਜ਼ਪੁਰ। ਆਪਸ਼ਨਸ ਰਿਪੀਟ ਨਹੀਂ ਹੋਣਗੇ ਕਿਉਂਕਿ ਇੱਕੋ ਨਿਯਮ ਸਾਰੀਆਂ ਟੀਮਾਂ ਤੇ ਹੀ ਲਾਗੂ ਹੋਵੇਗਾ। ਜਵਾਬ ਆਇਆ ਜੀ ਅਲੀਪੁਰ, ਅਲੀਪੁਰ। ਤੁਹਾਡਾ ਸਹੀ ਜਵਾਬ ਸੀ ਸੇਖਵਾ ਜ਼ਿਲ੍ਹਾ ਫਿਰੋਜ਼ਪੁਰ। ਗਲਤ ਜਵਾਬ ਹੋਣ ਕਾਰਨ ਤੁਹਾਨੂੰ ਇਸ ਦੇ ਅੰਕ ਨਹੀਂ ਮਿਲਣਗੇ। ਤੇ ਐਡਾ ਟੀਮ ਜਵਾਬ ਨਹੀਂ ਦੇ ਸਕੀ ਤੇ ਹੁਣ ਦੇਖਦੇ ਹਾਂ ਜੀ ਈਡੀ ਟੀਮ ਦਾ ਸਵਾਲ ਕਿਹੋ ਜਿਹਾ ਤੇ ਕਿਹੋ ਜਿਹਾ ਜਵਾਬ ਆਉਂਦਾ। ਸਵਾਲ ਹੈ ਜੀ ਤੁਹਾਡੇ ਲਈ, ਮਾਤਾ ਗੰਗਾ ਜੀ ਦੇ ਪਿਤਾ ਦਾ ਕੀ ਨਾਮ ਸੀ? ਰਾਮਚੰਦ, ਕਿਸ਼ਨ ਚੰਦ, ਭੀਮ ਚੰਦ, ਲਾਲ ਚੰਦ। ਕ੍ਰਿਸ਼ਨ ਚੰਦ ਜੀ। ਜੀ ਬਿਲਕੁਲ ਸਹੀ ਜਵਾਬ ਆਇਆ ਜੀ ਈਡੀ ਟੀਮ ਵੱਲੋਂ ਤੇ 10 ਅੰਕ ਈਡੀ ਟੀਮ ਨੇ ਇਸ ਵਾਰ ਨਹੀਂ ਖੁੰਝਣ ਦਿੱਤੇ ਤੇ ਆਪਣੇ ਖਾਤੇ ਵਿੱਚ ਜੋੜ ਲਏ ਨੇ ਜੀ। ਹੁਣ ਚੱਲਦੇ ਹਾਂ ਜੀ ਟੀਮ ਸੱਸਾ ਦੇ ਕੋਲ। ਭਾਈ ਪਾਰੋ ਜੀ ਦਾ ਜੀਵਨ ਵੇਖ ਕੇ ਕਿਹੜਾ ਮੁਸਲਮਾਨ ਸਿੱਖ ਬਣਿਆ? ਤੁਹਾਡੇ ਆਪਸ਼ਨਸ ਨੇ ਅੱਲਾ ਯਾਰ ਖਾਂ, ਅੱਲਾ ਖਾਂ, ਪੈਂਦੇ ਖਾਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਲੀ ਯਾਰ ਖਾਂ, ਅੱਲਾ ਯਾਰ ਖਾਂ। ਅੱਲਾ ਯਾਰ ਖਾਂ ਜਵਾਬ ਆਇਆ ਜੀ ਅੱਲਾ ਯਾਰ ਖਾਂ, ਜਿਹੜਾ ਕਿ ਬਿਲਕੁਲ ਸਹੀ ਜਵਾਬ। ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਤੁਸੀਂ ਇੱਕ ਚੀਜ਼ ਦੇਖੀਏ ਜੀ, ਇਹ ਸੱਸਾ ਟੀਮ ਹੈ ਜਿਹੜੀ ਤਲਵੰਡੀ ਸਾਬੋ ਤੋਂ ਆਈ ਹੈ, ਇੰਨੀ ਪਵਿੱਤਰ ਸਥਾਨ ਤੋਂ ਆਏ ਨੇ, ਇੰਨੇ ਮਹਾਨ ਜਗ੍ਹਾ ਤੋਂ, ਤੇ ਪਰ ਜਿਹੜਾ ਆਤਮ ਵਿਸ਼ਵਾਸ ਹੈ ਇਹਨਾਂ ਦੇ ਅੰਦਰ ਉਹ ਬਾਹਰੋਂ ਦਿਖਾਈ ਨਹੀਂ ਦੇ ਰਿਹਾ। ਇਹਨਾਂ ਦੇ
ਜਵਾਬਾਂ ਚ ਦਿਖਾਈ ਦਿੰਦਾ ਹੈ। ਬਿਲਕੁਲ, ਬੜੇ ਨੀਵੀਂ ਜੀ ਪਾ ਕੇ ਹੌਲੀ ਜਿਹੇ ਜਵਾਬ ਦਿੰਦੇ ਤੇ ਸਹੀ ਜਵਾਬ ਆ ਜਾਂਦਾ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਵਾਬ ਵੀ ਕਿਵੇਂ ਦਿਓ? ਚੜ੍ਹਦੀ ਕਲਾ ਦੇ ਨਾਲ। ਹਾਂਜੀ, ਠੀਕ ਹੈ ਜੀ ਜੀ। ਤੇ ਫਿਰ ਊੜਾ ਟੀਮ ਲਈ ਹੁਣ ਸਵਾਲ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਬੇਕਸਰ ਸਰੋਵਰ ਦੀ ਖੁਦਾਈ ਕਿਸਨੇ ਕਰਵਾਈ? ਸਵਾਲ ਸਮਝ ਆ ਗਿਆ ਤੁਹਾਨੂੰ ਜੀ? ਆਪਸ਼ਨਸ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਅਮਰਦਾਸ ਜੀ ਨੇ, ਜਾਂ ਫਿਰ ਗੁਰੂ ਅਰਜਨ ਦੇਵ ਜੀ ਨੇ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ। ਬੜੇ ਤਸੱਲੀ ਦੇ ਨਾਲ, ਸ਼ਾਂਤੀ ਦੇ ਨਾਲ ਜਵਾਬ ਦਿੱਤਾ ਗਿਆ, ਸੋਚ ਕੇ ਸਹੀ ਜਵਾਬ ਦਿੱਤਾ। ਤੇ ਇਹਦੇ ਨਾਲ ਤੁਸੀਂ ਜੋੜ ਲੈਣੇ ਜੀ ਆਪਣੇ ਖਾਤੇ ਵਿੱਚ 10 ਅੰਕ। ਹੁਣ ਚੱਲਦੇ ਹਾਂ ਜੀ ਟੀਮ ਐੜਾ ਦੇ ਕੋਲ। ਛੇਵੇਂ ਪਾਤਸ਼ਾਹ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਜਹਾਂਗੀਰ ਬਾਦਸ਼ਾਹ ਕਿੱਥੇ ਸੀ? ਤੁਹਾਡੇ ਆਪਸ਼ਨਸ ਨੇ ਦਿੱਲੀ, ਆਗਰਾ, ਲਾਹੌਰ, ਮੁਲਤਾਨ। ਦਿੱਲੀ। ਜਵਾਬ ਆਇਆ ਜੀ ਦਿੱਲੀ, ਜੋ ਕਿ ਬਿਲਕੁਲ ਗਲਤ ਹੈ ਜੀ। ਛੇਵੇਂ ਪਾਤਸ਼ਾਹ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਜਹਾਂਗੀਰ ਬਾਦਸ਼ਾਹ ਆਗਰੇ ਵਿੱਚ ਸੀ। ਇਹਨਾਂ ਦਾ ਜਵਾਬ ਗਲਤ ਹੈ ਜੀ, ਇਹਨਾਂ ਨੂੰ ਇਸਦੇ ਅੰਕ ਨਹੀਂ ਮਿਲਣਗੇ ਜੀ। ਫਿਰ ਤੋਂ ਚੱਲਦੇ ਹਾਂ ਜੀ ਈਡੀ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ, ਬਾਬਾ ਰਾਮ ਰਾਏ ਜੀ ਨੇ ਕਿਸ ਦੇ ਸਾਹਮਣੇ ਗੁਰਬਾਣੀ ਦੀ ਤੁਕ ਬਦਲੀ? ਅਕਬਰ, ਸ਼ਾਹਜਹਾਂ, ਔਰੰਗਜ਼ੇਬ, ਜਹਾਂਗੀਰ? ਔਰੰਗਜ਼ੇਬ ਜੀ। ਬਿਲਕੁਲ ਸਹੀ, ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਸਾਹਮਣੇ ਗੁਰਬਾਣੀ ਦੀ ਤੁਕ ਬਦਲੀ। ਸਹੀ ਜਵਾਬ ਲਈ ਈਡੀ ਟੀਮ ਨੂੰ ਫਿਰ ਮਿਲਦੇ ਨੇ ਜੀ 10 ਅੰਕ। ਹੁਣ ਚੱਲਦੇ ਹਾਂ ਜੀ ਟੀਮ ਸੱਸਾ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕਿਸ ਪਾਸੋਂ ਲਿਖਵਾਈ? ਤੁਹਾਡੇ ਆਪਸ਼ਨਸ ਨੇ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ। ਭਾਈ ਮਨੀ ਸਿੰਘ ਜੀ। ਬੜੀ ਤੇਜ਼ੀ ਨਾਲ ਜਵਾਬ ਦਿੱਤਾ, ਜੋ ਬਿਲਕੁਲ ਦਰੁਸਤ ਹੈ ਜੀ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਤੇ ਇਸ ਰਾਉਂਡ ਦੇ ਜੋ ਕਿ ਗੁਰ ਇਤਿਹਾਸ ਦੇ ਨਾਲ ਸੰਬੰਧਿਤ ਹੈ, ਤੇ ਆਖਰੀ ਸਵਾਲ ਹੁਣ ਚਾਰੋਂ ਟੀਮਾਂ ਤੋਂ ਪੁੱਛਿਆ ਜਾਵੇਗਾ। ਤੇ ਪਹਿਲਾਂ ਚੱਲਦੇ ਹਾਂ ਜੀ ਊੜਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ, ਪੰਘਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਕਿੰਨੇ ਭਰਾ ਸ਼ਹੀਦ ਹੋਏ? ਆਪਸ਼ਨਸ ਨੇ 4, 2, 1, 5। ਦੋ ਭਰਾ। ਸੋ ਇਹਨਾਂ ਨੇ ਜਵਾਬ ਦਿੱਤਾ ਜੀ ਦੋ ਭਰਾ। ਤੇ ਜੇ ਤੁਸੀਂ ਕਹਿ ਦਿੰਦੇ ਜੀ ਇੱਕ, ਤਾਂ ਜਵਾਬ ਸਹੀ ਹੋ ਜਾਣਾ ਸੀ। ਸੋ ਦੋ ਗਲਤ ਜਵਾਬ ਹੈ, ਇਸ ਲਈ ਕੋਈ ਵੀ ਅੰਕ ਨਹੀਂ ਦਿੱਤਾ ਜਾਵੇਗਾ ਇਸ ਜਵਾਬ ਦੇ ਲਈ। ਹੁਣ ਚੱਲਦੇ ਹਾਂ ਜੀ ਟੀਮ ਐੜਾ ਦੇ ਕੋਲ। ਗੁਰੂ ਹਰ ਰਾਏ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ? ਤੁਹਾਡੇ ਆਪਸ਼ਨਸ ਨੇ ਜੀ 4, 5, 3, ਜਾਂ 8। ਬੜੀ ਤੇਜ਼ੀ ਨਾਲ ਜਵਾਬ ਦਿੱਤਾ, ਇਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਜੀ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ ਜੀ। ਤੇ ਹੁਣ ਐੜਾ ਟੀਮ ਨੇ ਬਿਲਕੁਲ ਸਹੀ ਜਵਾਬ ਦਿੱਤਾ ਸੀ। ਸੋ ਉਸੇ એનર્ਜੀ ਦੇ ਨਾਲ ਪਹੁੰਚਦੇ ਹਾਂ ਜੀ ਈਡੀ ਟੀਮ ਕੋਲ। ਸਵਾਲ ਹੈ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਸਕਾਰ ਕਿਹੜੀ ਨਦੀ ਕਿਨਾਰੇ ਹੋਇਆ? ਆਪਸ਼ਨਸ ਨੇ ਗੋਦਾਵਰੀ, ਯਮੁਨਾ, ਗੰਗਾ ਜਾਂ ਸਰਸਵਤੀ? ਯਮੁਨਾ ਨਦੀ ਦੇ ਕੰਢੇ ਜੀ। ਬਿਲਕੁਲ ਸਹੀ ਜਵਾਬ, ਯਮੁਨਾ ਨਦੀ ਦੇ ਕੰਢੇ। ਤੇ ਇਸ ਜਵਾਬ ਦੇ ਨਾਲ ਹੀ ਫਿਰ ਤੋਂ ਈਡੀ ਟੀਮ ਦੇ ਖਾਤੇ ਵਿੱਚ 10 ਅੰਕ ਜੋੜ ਦਿੱਤੇ ਗਏ ਨੇ ਜੀ। ਹੁਣ ਚੱਲਦੇ ਹਾਂ ਜੀ ਟੀਮ ਸੱਸਾ ਦੇ ਕੋਲ। ਤੁਹਾਡਾ ਸਵਾਲ ਹੈ ਜੀ,
ਗੁਰੂ ਤੇਗ ਬਹਾਦਰ ਜੀ ਨੇ ਅਸਾਮ 'ਚ ਕਿਹੜੇ ਦੋ ਰਾਜਿਆਂ ਦੀ ਸੁਲਹਾ ਕਰਵਾਈ? ਤੁਹਾਡੇ ਆਪਸ਼ਨਸ ਨੇ ਰਾਜਾ ਚੱਕਰਧਵਜ ਅਤੇ ਰਾਜਾ ਰਾਮ ਸਿੰਘ, ਰਾਜਾ ਚੱਕਰਧਵਜ ਅਤੇ ਰਾਜਾ ਮੇਦਨੀ ਪ੍ਰਕਾਸ਼, ਰਾਜਾ ਰਾਮ ਸਿੰਘ ਅਤੇ ਰਾਜਾ ਭੀਮ ਚੰਦ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਰਾਜਾ ਰਾਮ ਸਿੰਘ ਅਤੇ ਰਾਜਾ ਭੀਮ ਚੰਦ। ਜਵਾਬ ਆਇਆ ਜੀ ਰਾਜਾ ਰਾਮ ਸਿੰਘ ਅਤੇ ਰਾਜਾ ਭੀਮ ਚੰਦ, ਜੋ ਕਿ ਗਲਤ ਜਵਾਬ ਹੈ ਜੀ। ਇਸ ਦਾ ਸਹੀ ਜਵਾਬ ਹੈ ਜੀ ਰਾਜਾ ਚੱਕਰਧਵਜ ਅਤੇ ਰਾਜਾ ਰਾਮ ਸਿੰਘ। ਗਲਤ ਜਵਾਬ ਹੋਣ 'ਤੇ ਇਹਨਾਂ ਨੂੰ ਇਸਦੇ ਅੰਕ ਨਹੀਂ ਮਿਲਣਗੇ। ਅਤੇ ਹੁਣ ਸਤਵੀਰ ਸਿੰਘ ਜੀ, ਦੋ ਰਾਊਂਡਸ ਪੂਰੇ ਹੋ ਗਏ ਨੇ, ਤੁਹਾਡਾ ਜਿਹੜਾ ਹੌਂਸਲਾ ਉਹ ਵਧਾਉਣ ਲਈ ਕੁਛ ਲਾਈਨਾਂ ਮੈਂ ਇੱਥੇ ਕਹਿਣਾ ਚਾਹੂੰਗੀ ਕਿ ਨਜ਼ਰਾਂ ਬਦਲੋ ਤਾਂ ਨਜ਼ਾਰੇ ਬਦਲ ਜਾਂਦੇ ਨੇ, ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਨੇ। ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ, ਦਿਸ਼ਾ ਬਦਲੋ ਕਿਨਾਰੇ ਆਪ ਬਦਲ ਜਾਂਦੇ ਨੇ ਜੀ। ਅਤੇ ਹੁਣ ਆਪਣੀ ਦਿਸ਼ਾ ਤੁਹਾਨੂੰ ਜੇ ਲੱਗਦਾ ਕਿ ਸਹੀ ਨਹੀਂ, ਉਹਨੂੰ ਬਦਲਣ ਦੀ ਜ਼ਰੂਰਤ ਹੈ, ਆਪਣੇ ਆਪ ਨੂੰ ਕੇਂਦਰਿਤ ਕਰਨਾ ਹੈ, ਠੀਕ ਹੈ ਜੀ। ਅਤੇ ਹੁਣ ਚੱਲਦੇ ਹਾਂ ਜੀ ਅਗਲੇ ਰਾਊਂਡ ਦੇ ਵੱਲ, ਜੋ ਕਿ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ। ਅਤੇ ਇਸ ਰਾਊਂਡ ਦੇ ਵਿੱਚ ਨਿਯਮ ਕੁਛ ਬਦਲੇ ਗਏ ਨੇ, ਅਤੇ ਉਹਨਾਂ 'ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਚਾਨਣਾ ਪਾਓ ਜੀ, ਵਿਦਿਆਰਥੀਆਂ ਨੂੰ ਦੱਸੋ। ਇਸ ਰਾਊਂਡ ਦੇ ਵਿੱਚ ਵਿਦਿਆਰਥੀਓ ਤੁਹਾਨੂੰ ਚਾਰ ਚਾਰ ਸਵਾਲ ਪੁੱਛੇ ਜਾਣਗੇ, ਚਾਰ ਚਾਰ ਸਵਾਲ ਦੇ ਨਾਲ ਤੁਹਾਨੂੰ ਇਸ ਦੀਆਂ ਆਪਸ਼ਨਸ ਵੀ ਮਿਲਣਗੀਆਂ ਜੀ। ਬਿਲਕੁਲ, ਜੇ ਤੁਸੀਂ ਗਲਤ ਜਵਾਬ ਦਵੋਗੇ ਜਾਂ ਫਿਰ ਤੁਹਾਡੇ ਵੱਲੋਂ ਜਵਾਬ ਨਹੀਂ ਆਉਂਦਾ ਤਾਂ ਆਪਣੇ ਆਪ ਹੀ ਅਗਲੀ ਟੀਮ ਨੂੰ ਜਿਹੜਾ ਸਵਾਲ ਹੈ ਉਹ ਪਾਸ ਹੋ ਜਾਵੇਗਾ, ਅਤੇ ਜੇ ਅਗਲੀ ਟੀਮ ਉਸਦਾ ਸਹੀ ਜਵਾਬ ਦਿੰਦੀ ਹੈ ਤਾਂ ਉਹਨਾਂ ਨੂੰ ਮਿਲਣਗੇ ਜੀ 5 ਬੋਨਸ ਪੁਆਇੰਟਸ, ਠੀਕ ਹੈ ਜੀ। ਤਾਂ ਇਹ ਅੱਛਾ ਮੌਕਾ ਹੈ ਕਿ ਜੇ ਤੁਹਾਡੇ ਨੰਬਰ ਹੁਣ ਘੱਟ ਸੀਗੇ ਹੁਣ ਤੱਕ, ਤਾਂ ਤੁਸੀਂ ਉਹ 5-5 ਨੰਬਰ ਲੈ ਕੇ ਆਪਣੇ ਆਪ ਨੂੰ ਬਾਕੀਆਂ ਦੇ ਬਰਾਬਰ ਲਿਆ ਸਕਦੇ ਹੋ। ਤੇ ਕਰੀਏ ਜੀ ਸ਼ੁਰੂਆਤ ਜੀ। ਤਾਂ ਊੜਾ ਟੀਮ ਦੇ ਲਈ ਸਵਾਲ ਪੁੱਛਿਆ ਜਾਵੇ ਜੀ। ਊੜਾ ਟੀਮ ਲਈ ਸਵਾਲ ਹੈ ਜੀ, ਭਾਈ ਦਇਆ ਸਿੰਘ ਜੀ ਦਾ ਅਕਾਲ ਚਲਾਣਾ ਕਿੱਥੇ ਹੋਇਆ? ਤੁਹਾਡੀਆਂ ਆਪਸ਼ਨਸ ਨੇ ਚਮਕੌਰ ਸਾਹਿਬ, ਹਜ਼ੂਰ ਸਾਹਿਬ, ਮੁਕਤਸਰ ਸਾਹਿਬ, ਜਾਂ ਅਨੰਦਪੁਰ ਸਾਹਿਬ। ਹਜ਼ੂਰ ਸਾਹਿਬ। ਹਜ਼ੂਰ ਸਾਹਿਬ, ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਤੇ ਹੁਣ ਸਵਾਲ ਜਾਂਦਾ ਜੀ ਐੜਾ ਟੀਮ ਦੇ ਕੋਲ। ਤੁਹਾਡਾ ਸਵਾਲ ਹੈ, ਮੁਕਤਸਰ ਸਾਹਿਬ ਦਾ ਪਹਿਲਾ ਨਾਮ ਕੀ ਸੀ? ਆਪਸ਼ਨਸ ਨੇ ਰੂਪਾਣੇ ਦੀ ਢਾਬ, ਖਿਦਰਾਣੇ ਦੀ ਢਾਬ, ਗੁਰੂ ਕਾ ਚੱਕ, ਜਾਂ ਫਿਰ ਚੱਕ ਨਾਨਕੀ। ਖਿਦਰਾਣੇ ਦੀ ਢਾਬ। ਵਾਹ ਜੀ ਵਾਹ, ਬਹੁਤ ਖੂਬਸੂਰਤ, ਬਿਲਕੁਲ ਤੇਜ਼ੀ ਦੇ ਨਾਲ ਜਵਾਬ ਦਿੱਤਾ ਗਿਆ ਸਹੀ ਜਵਾਬ, ਤੇ 10 ਅੰਕ ਫਿਰ ਤੋਂ ਐੜਾ ਟੀਮ ਦੇ ਖਾਤੇ ਦੇ ਵਿੱਚ। ਹੁਣ ਵਾਰੀ ਹੈ ਜੀ ਟੀਮ ਈੜੀ ਦੀ, ਜੋ ਕਿ ਹੁਸ਼ਿਆਰਪੁਰ ਤੋਂ ਆਈ ਹੈ। ਤੁਹਾਡਾ ਸਵਾਲ ਹੈ ਜੀ, ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਦਾਵਾ ਕਿਸ ਨੇ ਪੜਵਾਇਆ? ਤੁਹਾਡੇ ਆਪਸ਼ਨਸ ਨੇ ਭਾਈ ਬਚਿੱਤਰ ਸਿੰਘ, ਮਾਤਾ ਭਾਗ ਕੌਰ, ਭਾਈ ਮਹਾਂ ਸਿੰਘ, ਭਾਈ ਹਿੰਮਤ ਸਿੰਘ। ਭਾਈ ਮਹਾਂ ਸਿੰਘ ਜੀ ਨੇ। ਬਿਲਕੁਲ ਜੀ, ਸਹੀ ਜਵਾਬ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਨੇ ਜੀ 10 ਅੰਕ। ਤੇ ਹੁਣ ਚੱਲਦੇ ਹਾਂ ਜੀ ਫਿਰ ਤੋਂ ਸੱਸਾ ਟੀਮ ਦੇ ਕੋਲ। ਪੰਘਾਣੀ ਦੀ ਜੰਗ ਵਿੱਚ ਭਾਈ ਮਨੀ ਸਿੰਘ ਜੀ ਦੇ ਕਿਹੜੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ? ਆਪਸ਼ਨਸ ਨੇ ਹਰੀਚੰਦ ਨੇ, ਦਿਆਲਾ ਜੀ, ਲਾਲ ਚੰਦ ਜੀ, ਭਾਈ ਜੇਠਾ ਜੀ। ਭਾਈ ਹਰੀਚੰਦ ਜੀ। ਵਾਹ ਜੀ ਵਾਹ, ਬਹੁਤ ਖੂਬ, ਸਹੀ ਜਵਾਬ ਭਾਈ ਹਰੀਚੰਦ ਜੀ। ਹੁਣ ਚੱਲਦੇ ਹਾਂ ਜੀ ਟੀਮ ਊੜਾ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਭਾਈ ਸੁੱਖਾ ਸਿੰਘ ਜੀ ਨੇ ਕਿਹੜੇ ਮੁਖਬਿਰ ਨੂੰ ਉਸਦੇ ਘਰ ਜਾ ਕੇ ਮਾਰਿਆ? ਤੁਹਾਡੇ ਆਪਸ਼ਨਸ ਨੇ ਕਰਮੇ ਨੂੰ, ਹਰਭਗਤ ਨਿਰੰਜਣੀਏ ਨੂੰ, ਰਾਮ ਰੰਧਾਵੇ ਨੂੰ, ਜਾਂ ਮੋਹਮਨ ਖਾਂ ਨੂੰ।
ਨਿਰੰਜਣੀਏ ਨੂੰ। ਜਵਾਬ ਆਇਆ ਜੀ ਨਿਰੰਜਣੀਏ ਨੂੰ। ਇਹ ਜਵਾਬ ਗਲਤ ਹੈ ਜੀ। ਸਹੀ ਜਵਾਬ ਹੈ ਜੀ ਕਰਮੇ ਨੂੰ। ਗਲਤ ਜਵਾਬ ਹੋਣ ਕਾਰਨ ਇਹਨਾਂ ਨੂੰ ਇਸਦੇ ਅੰਕ ਨਹੀਂ ਮਿਲਣਗੇ। ਊੜਾ ਟੀਮ ਤੋਂ ਸਵਾਲ ਪੁੱਛਿਆ ਗਿਆ ਸੀ ਤੇ ਜਿਸਦਾ ਜਵਾਬ ਊੜਾ ਟੀਮ ਵੱਲੋਂ ਗਲਤ ਦਿੱਤਾ ਗਿਆ ਤੇ ਕਿਉਂਕਿ ਇਹ ਸਵਾਲ ਪਾਸ ਹੋਣਾ ਸੀ ਐੜਾ ਟੀਮ ਨੂੰ, ਪਰ ਉਸ ਸਵਾਲ ਦਾ ਜਵਾਬ ਇੱਥੋਂ ਦੱਸ ਦਿੱਤਾ ਗਿਆ। ਇਸ ਕਰਕੇ ਹੁਣ ਜੱਜ ਸਾਹਿਬ ਐੜਾ ਟੀਮ ਨੂੰ ਸਵਾਲ ਪੁੱਛਣਗੇ ਤੇ ਜੇ ਉਸ ਸਵਾਲ ਦਾ ਐੜਾ ਟੀਮ ਸਹੀ ਜਵਾਬ ਦਿੰਦੀ ਹੈ ਤਾਂ 5 ਬੋਨਸ ਪੁਆਇੰਟ ਉਸ ਟੀਮ ਦੇ ਖਾਤੇ ਵਿੱਚ ਜੁੜ ਜਾਣਗੇ ਜੀ। ਟੀਮ ਐੜਾ ਲਈ ਸਵਾਲ, ਜ਼ਕਰੀਆ ਖਾਨ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਿਸ ਨੂੰ ਹੁਕਮ ਦਿੱਤਾ? ਤੁਹਾਡੇ ਆਪਸ਼ਨ ਨੇ ਜਲਾਲਉਦੀਨ, ਕਮਾਲਉਦੀਨ, ਫਿਰੋਜ਼ਦੀਨ, ਅਲਾਦੀਨ। ਜਲਾਲਉਦੀਨ ਸਹੀ ਆਂਸਰ, ਸਹੀ ਜਵਾਬ। ਤਾਂ ਸਹੀ ਜਵਾਬ ਦੇਣ ਕਰਕੇ ਐੜਾ ਟੀਮ ਨੂੰ ਹੁਣ ਇਸ ਸਵਾਲ ਦਾ ਜਿਹੜੇ ਅੰਕ ਮਿਲਣਗੇ ਜੀ 5, ਉਹਨਾਂ ਨੇ ਆਪਣੇ ਖਾਤੇ ਵਿੱਚ ਐਕਸਟਰਾ ਬੋਨਸ ਪੁਆਇੰਟ ਜੋੜ ਲਏ ਨੇ। ਮੁਬਾਰਕਬਾਦ ਜੀ। ਉਹ ਕਹਿੰਦੇ ਨੇ ਨਾ ਕਿ ਜੋ ਆਪਣੇ ਹੱਕ ਦਾ ਹੁੰਦਾ ਉਹ ਤਾਂ ਮਿਲਦਾ ਹੀ ਹੈ, ਪਰ ਜੋ ਉਸ ਤੋਂ ਇਲਾਵਾ ਕੁਛ ਥੋੜ੍ਹਾ ਜਿਹਾ ਵੀ ਮਿਲ ਜਾਵੇ ਤਾਂ ਉਹਦੀ ਬਹੁਤ ਖੁਸ਼ੀ ਹੁੰਦੀ ਹੈ। ਅਤੇ ਪਰ ਇਹ ਜਿਹੜੇ ਅੰਕ ਇਹਨਾਂ ਨੇ ਆਪਣੀ ਮਿਹਨਤ ਦੇ ਲਏ ਨੇ, ਆਪਣੇ ਗਿਆਨ ਦੇ ਨਾਲ ਲਏ ਨੇ, ਅਤੇ ਇਸ ਦੀ ਇਹਨਾਂ ਨੂੰ ਮੁਬਾਰਕਬਾਦ ਹੈ। ਅਤੇ ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਆਪਣੇ ਸਵਾਲ ਦੇ ਲਈ ਉਹਨਾਂ ਦੇ ਕੋਲ। ਤੁਹਾਡੇ ਲਈ ਸਵਾਲ ਹੈ, ਭਾਈ ਮਨੀ ਸਿੰਘ ਜੀ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ? ਆਪਸ਼ਨਸ ਨੇ ਜ਼ਿੰਦਗੀਨਾਮਾ, ਸੁੰਦਰੀ, ਗਿਆਨ ਰਤਨਾਵਲੀ, ਤਵਾਰੀਖ ਗੁਰੂ ਖਾਲਸਾ। ਗਿਆਨ ਰਤਨਾਵਲੀ। ਵਾਹ ਜੀ ਵਾਹ, ਬੜੀ ਤੇਜ਼ੀ ਦੇ ਨਾਲ ਜਵਾਬ ਆਇਆ, ਸਹੀ ਜਵਾਬ। ਐੜਾ ਟੀਮ ਨੇ ਮੌਕਾ ਹੀ ਨਹੀਂ ਦਿੱਤਾ ਕਿ ਐਡੀ ਟੀਮ ਕੋਲ ਸਵਾਲ ਅਸੀਂ ਲੈ ਕੇ ਜਾਈਏ, ਅਤੇ ਸਹੀ ਜਵਾਬ ਐੜਾ ਟੀਮ ਦੇ ਖਾਤੇ ਦੇ ਵਿੱਚ ਫਿਰ ਇਹਦੇ ਨਾਲ ਕਿੰਨੇ ਜੀ? 10 ਅੰਕ ਜੋੜ ਦਈਏ ਜੀ। ਜੀ ਹਾਂਜੀ, ਠੀਕ ਹੈ ਜੀ, 10 ਅੰਕ ਐੜਾ ਟੀਮ ਦੇ ਖਾਤੇ ਦੇ ਵਿੱਚ। ਹੁਣ ਚੱਲਦੇ ਹਾਂ ਜੀ ਟੀਮ ਮੀਡੀ ਦੇ ਕੋਲ। ਤੁਹਾਡਾ ਸਵਾਲ ਹੈ ਜੀ, ਭਾਈ ਮਹਿਤਾਬ ਸਿੰਘ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਤੁਹਾਡੀਆਂ ਆਪਸ਼ਨਸ ਨੇ ਲਾਹੌਰ, ਦਿੱਲੀ, ਮੁਲਤਾਨ ਜਾਂ ਸਰਹੰਦ। ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਜਵਾਬ ਆਇਆ ਜੀ ਲਾਹੌਰ, ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਜਾਂਦੇ ਨੇ ਜੀ 10 ਅੰਕ। ਤੇ ਹੁਣ ਚੱਲਦੇ ਹਾਂ ਸੱਸਾ ਟੀਮ ਦੇ ਕੋਲ। ਤੁਹਾਡਾ ਸਵਾਲ ਹੈ, ਤਪਾ ਸ਼ਿਵਨਾਥ ਕਿੱਥੋਂ ਦਾ ਰਹਿਣ ਵਾਲਾ ਸੀ? ਆਪਸ਼ਨਸ ਨੇ ਤਰਨ ਤਾਰਨ, ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ। ਸੋ ਟੀਮ ਵੱਲੋਂ ਜਵਾਬ ਆਇਆ ਜੀ ਗੋਇੰਦਵਾਲ ਸਾਹਿਬ, ਜੋ ਕਿ ਗਲਤ ਜਵਾਬ ਹੈ। ਤੇ ਇਸ ਦੇ ਲਈ ਅਸੀਂ ਪਹੁੰਚਦੇ ਹਾਂ ਜੀ ਊੜਾ ਟੀਮ ਦੇ ਕੋਲ। ਹਾਂਜੀ, ਕੁਐਸਚਨ ਇਹ ਰਿਪੀਟ ਨਹੀਂ ਹੋਵੇਗਾ ਕਿਉਂਕਿ ਇਹ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ ਕਿ ਇਹ ਰਿਪੀਟ ਹੋਣ ਵਾਲਾ ਰਾਊਂਡ ਹੈ। ਸੋ ਧਿਆਨ ਦੇ ਨਾਲ ਸਭ ਨੇ ਹੀ ਸੁਣਨਾ ਸੀ ਉਸ ਸਵਾਲ ਨੂੰ। ਖਡੂਰ ਸਾਹਿਬ। ਸੋ ਜਵਾਬ ਆਇਆ ਜੀ ਇਧਰੋਂ ਖਡੂਰ ਸਾਹਿਬ। ਸ਼ਾਇਦ ਇਹਨਾਂ ਦੇ ਸਾਥੀ ਨੇ ਧਿਆਨ ਦੇ ਨਾਲ ਸਵਾਲ ਸੁਣ ਲਿਆ ਸੀ ਤੇ ਉਹਦਾ ਜਵਾਬ ਦਿੱਤਾ, ਸਹੀ ਜਵਾਬ ਦਿੱਤਾ ਜੀ। 5 ਨੰਬਰ ਊੜਾ ਟੀਮ ਦੇ ਖਾਤੇ ਦੇ ਵਿੱਚ। ਤੇ ਹੁਣ ਚੱਲਦੇ ਹਾਂ ਜੀ ਊੜਾ ਟੀਮ ਦੇ ਆਪਣੇ ਸਵਾਲ ਦੇ ਲਈ। ਤੁਹਾਡਾ ਸਵਾਲ ਹੈ ਜੀ, ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ? ਤੁਹਾਡੀਆਂ ਆਪਸ਼ਨਸ ਨੇ ਕੋਟਲਾ ਨਿਹੰਗ ਖਾਂ, ਅਨੰਦਪੁਰ, ਮਲੇਰਕੋਟਲਾ ਜਾਂ ਫਿਰ ਚੱਪੜਚਿੜੀ। ਅਨੰਦਪੁਰ। ਜਵਾਬ ਆਇਆ ਜੀ ਅਨੰਦਪੁਰ, ਜੋ ਕਿ ਗਲਤ ਜਵਾਬ ਹੈ ਜੀ। ਹੁਣ ਸਵਾਲ ਪਾਸ ਹੁੰਦਾ ਹੈ ਜੀ ਕੋਟਲਾ ਨਿਹੰਗ ਖਾਂ। ਬੜੀ ਜਲਦੀ ਇਹਨਾਂ ਨੇ ਜਵਾਬ ਦਿੱਤਾ, ਕੋਟਲਾ ਨਿਹੰਗ ਖਾਂ, ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਹੀ ਇਹਨਾਂ ਨੂੰ ਮਿਲਦੇ ਨੇ ਜੀ
5 अंक बोनस अंक बिल्कुल ठीक है जी। ते 5-5 अंक टीम अपने खाते च जोड़दी जा रही है इसे तरह ते बड़ी तेजी नाल अगे वधदी हुई। ते हुण एड़ा टीम तुहाडा अपना सवाल पुछिए जी। हाँ जी जी, तुहाडा सवाल है कि नवाब कपूर सिंह का जन्म कदों होया। ऑप्शनस ने 1699 विच, 1697 विच, 1692 विच जां फिर 1691 दे विच। 1697 विच। वाह जी वाह, तुसीं कोई नंबर जान नहीं देना है ना 10 नंबर ना 5 नंबर। सही जवाब दिता है जी एड़ा टीम ने, 1697 दे विच नवाब कपूर सिंह जी का जन्म होया। ते इहदे नाल हुण असीं फिर तो चलते हैं जी ईडी टीम दे कोल। बिल्कुल जी, तुहाडा सवाल है भाई बचित्तर सिंह जी कौन सन। तुहाडे ऑप्शनस ने भाई मनी सिंह जी दे पिता, भाई मनी सिंह जी दे भरा, भाई मनी सिंह जी दे पुत्र जां भाई मनी सिंह जी दे पोतरे। ਭਾਈ ਮਨੀ ਸਿੰਘ ਜੀ ਦੇ ਸਪੁੱਤਰ। ਬਿਲਕੁਲ ਸਹੀ ਜਵਾਬ, ਇਸ ਦੇ ਨਾਲ ਤੁਹਾਨੂੰ ਮਿਲਦੇ ਨੇ ਜੀ 10 ਅੰਕ। ਸੱਸਾ ਟੀਮ, ਅੱਛਾ ਮਨ ਤੁਸੀਂ ਦੱਸੋਗੇ ਤੁਸੀਂ ਆਏ ਹੋ ਤਲਵੰਡੀ ਸਾਬੋ ਤੋਂ। ਇੱਥੇ ਖਾਸ ਕਰਕੇ ਅੰਮ੍ਰਿਤਧਾਰੀ ਬੱਚਿਆਂ ਲਈ ਕੁਝ ਸਹੂਲਤਾਂ ਦਿੱਤੀਆਂ ਗਈਆਂ ਨੇ ਪੜ੍ਹਾਈ ਨੂੰ ਲੈ ਕੇ, ਤੁਹਾਨੂੰ ਪਤਾ ਜੀ ਦੱਸੋਗੇ? ਸਾਡੇ ਕਾਲਜ ਵਿੱਚ ਜੀ 250 ਤੋਂ 300 ਬੱਚਿਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਆ ਜੀ। ਜੀ, ਅਤੇ ਬੱਚਿਆਂ ਨੂੰ ਜੀ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ, ਗੁਰ ਇਤਿਹਾਸ ਨਾਲ ਜੋੜਿਆ ਜਾਂਦਾ ਜੀ। ਅੱਛਾ ਜੀ, ਅਤੇ ਨਾਲੇ ਜੀ ਉਹਨਾਂ ਨੂੰ ਕੁਝ ਸਹੂਲਤਾਂ ਵੀ ਆ ਜੀ, ਹੋਸਟਲ ਵਿੱਚ ਰਹਿਣ ਦੀ ਵੀ, ਹੋਸਟਲ ਵਿੱਚ ਰਹਿਣ ਦੀ ਹੈ ਨਾ, ਉਹਨਾਂ ਦਾ ਖਾਣਾ ਪੀਣਾ ਉੱਥੇ ਰਹਿਣਾ ਸਭ ਕੁਛ ਸਾਰੀ ਸਹੂਲਤ ਆ ਜਿਹੜੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਨਾ। ਠੀਕ ਹੈ ਜੀ, ਠੀਕ ਹੈ। ਅਤੇ ਇਹੀ ਮੰਤਵ ਹੈ ਜੀ ਕਿ ਜਿਹੜੇ ਬੱਚੇ ਲੋੜਵੰਦ ਨੇ ਅਤੇ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵਿੱਦਿਆ ਹਾਸਿਲ ਕਰਨ ਦੇ ਵਿੱਚ ਪੂਰੀ ਤਰ੍ਹਾਂ ਮਦਦ ਕਰਨਾ। ਸੋ ਅਸੀਂ ਦੇਖ ਰਹੇ ਹਾਂ ਕਿ ਇਹ ਬੱਚੇ ਪਹਿਲਾ ਪੜਾਅ ਪਾਰ ਕਰਕੇ ਇੱਥੇ ਸੈਮੀਫਾਈਨਲ ਦੇ ਵਿੱਚ ਪਹੁੰਚੇ ਨੇ ਅਤੇ ਇਹਨਾਂ ਨੂੰ ਇਹਨਾਂ ਦੇ ਅਧਿਆਪਕ ਸਾਹਿਬਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਇਹਨਾਂ ਦੀ ਤਿਆਰੀ ਕਰਵਾਉਣ ਦੀ, ਅਤੇ ਤਿਆਰੀ ਦਿਖ ਵੀ ਰਹੀ ਹੈ। ਅਤੇ ਹੁਣ ਚੱਲੀਏ ਜੀ ਫਿਰ ਤੁਹਾਡੇ ਸਵਾਲ ਦੇ ਲਈ ਤੁਹਾਡੇ ਕੋਲ। ਠੀਕ ਹੈ ਜੀ। ਹਾਂਜੀ ਹਾਂਜੀ ਮੈਮ, ਹਾਂ ਤੁਹਾਡਾ ਸਵਾਲ ਹੈ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ। ਆਪਸ਼ਨਸ ਨੇ ਮਾਈਦਾਸ ਜੀ, ਭਾਈ ਬੱਲੂ ਜੀ, ਭਾਈ ਪਰਾਗਾ ਜੀ, ਭਾਈ ਹੀਰਾਨੰਦ ਜੀ। ਭਾਈ ਹੀਰਾਨੰਦ ਜੀ। ਬੜੀ ਤੇਜ਼ੀ ਨਾਲ ਜਵਾਬ ਦਿੱਤਾ ਜੀ ਭਾਈ ਹੀਰਾਨੰਦ ਜੀ, ਪਰ ਤੁਸੀਂ ਕਾਹਲੀ ਕਰ ਗਏ। ਜਵਾਬ ਸ਼ਾਇਦ ਤੁਹਾਨੂੰ ਆਉਂਦਾ ਸੀ ਪਰ ਤੁਸੀਂ ਗਲਤ ਜਵਾਬ ਦੇ ਦਿੱਤਾ। ਅਤੇ ਇਹਦੇ ਲਈ ਹੁਣ ਚੱਲਦੇ ਹਾਂ ਜੀ ਊੜਾ ਟੀਮ ਪਹਿਲਾਂ ਹੀ ਤਿਆਰ ਹੈ ਜੀ ਮਾਈਕ ਲੈ ਕੇ। ਹਾਂਜੀ ਭਾਈ ਬੱਲੂ ਜੀ। ਭਾਈ ਬੱਲੂ ਜੀ 5 ਨੰਬਰ ਕਹਿੰਦੇ ਸੀ ਜਾਣ ਨਹੀਂ ਦੇਣੇ ਅਤੇ ਊੜਾ ਟੀਮ ਨੇ ਆਪਣੇ ਖਾਤੇ ਵਿੱਚ ਜੋੜ ਲਏ ਨੇ ਸਹੀ ਜਵਾਬ ਦੇ ਕੇ। ਅਤੇ ਹੁਣ ਊੜਾ ਟੀਮ ਤੁਹਾਡੇ ਲਈ ਆਪਣਾ ਸਵਾਲ ਆਵੇ ਕਿ ਬਹੁਤ ਅੰਕ ਲੈ ਲਏ 5-5 ਲੈਣਾ ਜੀ ਸਵਾਲ ਅਗਲਾ, ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਤੁਹਾਡੇ ਲਈ ਸਵਾਲ ਹੈ ਜੀ ਸਰਹੰਦ ਦਾ ਪਹਿਲਾ ਸਿੱਖ ਨਾਇਬ ਸੂਬੇਦਾਰ ਕੌਣ ਸੀ। ਤੁਹਾਡੇ ਆਪਸ਼ਨਸ ਨੇ ਭਾਈ ਅਜਾਇਬ ਸਿੰਘ, ਭਾਈ ਅਜਬ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਆਲੀ ਸਿੰਘ। ਭਾਈ ਅਜਬ ਸਿੰਘ। ਜਵਾਬ ਦਿੱਤਾ ਜੀ ਭਾਈ ਅਜਬ ਸਿੰਘ, ਜੋ ਕਿ ਗਲਤ ਜਵਾਬ ਹੈ ਜੀ। ਹੁਣ ਇਹ ਸਵਾਲ ਪਾਸ ਹੁੰਦਾ ਜੀ ਟੀਮ ਐੜਾ ਨੂੰ। ਆਲੀ ਸਿੰਘ। ਬਿਲਕੁਲ ਸਹੀ ਜਵਾਬ, ਇਸ ਵਾਰ ਫੇਰ ਇਹਨਾਂ ਨੇ ਆਪਣੇ ਖਾਤੇ ਦੇ ਵਿੱਚ ਬੋਨਸ ਅੰਕ ਜੋੜ ਲਏ ਨੇ ਜੀ। ਸੋ ਐੜਾ ਟੀਮ ਕੋਲ ਹੁਣ ਉਹਨਾਂ ਦਾ ਆਪਣੇ ਹਿੱਸੇ ਦਾ ਸਵਾਲ ਹੈ। ਬਾਬਾ ਦੀਪ ਸਿੰਘ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸ ਮੁਗਲ ਫੌਜਦਾਰ ਨਾਲ ਯੁੱਧ ਹੋਇਆ? ਆਪਸ਼ਨਸ ਨੇ ਅਬਦਸਮਤ ਖਾਂ,
ਜਹਾਨ ਖਾਂ, ਯਹੀਆ ਖਾਂ, ਜ਼ਕਰੀਆ ਖਾਂ। ਸੋ ਐੜਾ ਟੀਮ ਪਹਿਲੀ ਵਾਰ ਸੋਚ ਵਿਚਾਰ ਵਿੱਚ ਪਈ ਹੈ। ਅਬਦਸਮਦ ਖਾਂ। ਸੋ ਜਵਾਬ ਆਇਆ ਜੀ ਅਬਦਸਮਦ ਖਾਂ, ਗਲਤ ਜਵਾਬ ਆ ਗਿਆ ਜੀ ਐੜਾ ਟੀਮ ਵੱਲੋਂ। ਤੇ ਹੁਣ ਚੱਲਦੇ ਹਾਂ ਜੀ ਈੜੀ ਟੀਮ ਨੂੰ ਮੌਕਾ ਦਿੰਦੇ ਹਾਂ ਸਹੀ ਜਵਾਬ ਦਾ। ਜਮਾਲ ਖਾਂ। ਤਾਂ ਸਹੀ ਜਵਾਬ ਹੈ ਜੀ ਜਹਾਨ ਖਾਂ, ਇਹਨਾਂ ਵੱਲੋਂ ਆਇਆ ਜਮਾਲ ਖਾਂ। ਸਹੀ ਜਵਾਬ ਸੀ ਜੀ ਜਹਾਨ ਖਾਂ, ਤਾਂ ਗਲਤ ਜਵਾਬ ਦਿੱਤਾ ਜੀ। ਤੇ ਐੜਾ ਟੀਮ ਤੇ ਈੜੀ ਟੀਮ ਕਿਸੇ ਨੂੰ ਵੀ ਇਸਦੇ ਅੰਕ ਨਹੀਂ ਦਿੱਤੇ ਜਾਂਦੇ। ਹੁਣ ਅਸੀਂ ਚੱਲਦੇ ਹਾਂ ਈੜੀ ਟੀਮ ਕੋਲ ਉਹਨਾਂ ਦੇ ਆਪਣੇ ਹਿੱਸੇ ਦੇ ਸਵਾਲ ਦੇ ਲਈ। ਤੁਹਾਡਾ ਸਵਾਲ ਹੈ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕਰਨ ਲਈ ਕਿਸ ਨੂੰ ਭੇਜਿਆ? ਤੁਹਾਡੇ ਆਪਸ਼ਨਸ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਬੰਦਾ ਸਿੰਘ ਬਹਾਦਰ। ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਤੇ ਹੁਣ ਚੱਲਦੇ ਹਾਂ ਜੀ ਸੱਸਾ ਟੀਮ ਕੋਲ। ਤੁਹਾਡਾ ਸਵਾਲ ਹੈ, ਭਾਈ ਮਹਿਤਾਬ ਸਿੰਘ ਜੀ ਦੇ ਪੁੱਤਰ ਦਾ ਕੀ ਨਾਮ ਸੀ? ਆਪਸ਼ਨਸ ਨੇ ਅਜੇ ਸਿੰਘ, ਦਰਬਾਰਾ ਸਿੰਘ, ਰਾਏ ਸਿੰਘ ਜਾਂ ਰਾਮ ਸਿੰਘ। ਰਾਏ ਸਿੰਘ। ਰਾਏ ਸਿੰਘ, ਬਿਲਕੁਲ ਸਹੀ ਜਵਾਬ। ਸ਼ਾਬਾਸ਼, ਤੁਸੀਂ 10 ਅੰਕ ਇਸ ਸਹੀ ਜਵਾਬ ਦੇ ਨਾਲ ਆਪਣੇ ਖਾਤੇ ਵਿੱਚ ਜੋੜ ਲਏ ਨੇ। ਤੇ ਇਹ ਸੀ ਇਸ ਰਾਊਂਡ ਦਾ ਆਖਰੀ ਸਵਾਲ ਜੋ ਕਿ ਸੱਸਾ ਟੀਮ ਤੋਂ ਪੁੱਛਿਆ ਗਿਆ ਸੀ। ਇਸ ਦੇ ਨਾਲ ਹੀ ਇਹ ਰਾਊਂਡ ਸਮਾਪਤ ਹੁੰਦਾ ਹੈ। ਹੁਣ ਅਸੀਂ ਚੱਲਦੇ ਹਾਂ ਜੀ ਅਗਲੇ ਰਾਊਂਡ ਵੱਲ ਜੋ ਕਿ ਹੈ ਸਿੱਖ ਰਹਿਤ ਮਰਿਆਦਾ ਨਾਲ ਸੰਬੰਧਿਤ। ਇਸ ਰਾਊਂਡ ਦੇ ਵਿੱਚ ਜਿਹੜੇ ਨਿਯਮ ਨੇ ਉਹਨਾਂ ਵਿੱਚ ਥੋੜ੍ਹੀ ਜਿਹੀ ਹੋਰ ਤਬਦੀਲੀ ਕੀਤੀ ਗਈ ਹੈ ਕਿ ਪਿਛਲੇ ਰਾਊਂਡ ਦੇ ਵਿੱਚ ਜਿਹੜੀ ਟੀਮ ਨੂੰ ਸਵਾਲ ਪੁੱਛਿਆ ਜਾਂਦਾ ਨਾ ਜਵਾਬ ਸਹੀ ਦੇਣ ਤੇ ਅਗਲੀ ਟੀਮ ਨੂੰ ਸਵਾਲ ਪਾਸ ਹੁੰਦਾ ਸੀ। ਹੁਣ ਜਿਹੜਾ ਰਾਊਂਡ ਇਹ ਅਸੀਂ ਸ਼ੁਰੂ ਕਰਨ ਲੱਗੇ ਹਾਂ ਸਿੱਖ ਰਹਿਤ ਮਰਿਆਦਾ ਨਾਲ ਸੰਬੰਧਿਤ। ਇਸ ਵਿੱਚ ਜੇਕਰ ਤੁਹਾਨੂੰ ਉਹ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਉਹ ਸਵਾਲ ਤੁਹਾਡੇ ਤੋਂ ਅਗਲੀ ਟੀਮ ਨੂੰ ਜਾਵੇਗਾ। ਉਹ ਟੀਮ ਵੀ ਜੇ ਜਵਾਬ ਨਹੀਂ ਦੇ ਪਾਉਂਦੀ ਤਾਂ ਉਸ ਤੋਂ ਅਗਲੀ। ਇਸ ਤਰ੍ਹਾਂ ਇਹ ਜਿਹੜਾ ਸਵਾਲ ਹੈ 3 ਟੀਮਾਂ ਤੱਕ ਪਾਸ ਹੋ ਸਕਦਾ ਹੈ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਸਹੀ ਜਵਾਬ ਦੇਣ ਲਈ ਜਿਹੜੀ ਟੀਮ ਸਹੀ ਜਵਾਬ ਦੇਵੇਗੀ ਉਹਨੂੰ 5 ਬੋਨਸ ਅੰਕ ਦਿੱਤੇ ਜਾਣਗੇ। ਠੀਕ ਹੈ ਜੀ, ਕਰੀਏ ਫਿਰ ਇਸ ਰਾਊਂਡ ਦੀ ਸ਼ੁਰੂਆਤ। ਤਿਆਰ ਹੋ ਜੀ। ਤੁਹਾਡਾ ਸਵਾਲ ਹੈ ਜੀ, 5 ਪਿਆਰਿਆਂ ਵੱਲੋਂ ਇਸ ਆਸਣ ਵਿੱਚ ਬੈਠ ਕੇ ਅੰਮ੍ਰਿਤ ਤਿਆਰ ਕਰਨ ਦੀ ਮਰਿਆਦਾ ਹੈ? ਵੀਰ ਆਸਣ ਵਿੱਚ ਬੈਠ ਕੇ। ਬੜੀ ਤੇਜ਼ੀ ਨਾਲ ਜਵਾਬ, ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਤੁਹਾਨੂੰ ਮਿਲਦੇ ਨੇ ਜੀ 10 ਅੰਕ। ਐੜਾ ਟੀਮ ਦੇ ਲਈ ਸਵਾਲ ਹੈ, ਗੁਰੂ ਪੰਥ ਨੂੰ ਗੁਰਿਆਈ ਕਿਸਨੇ ਸੌਂਪੀ? ਗੁਰੂ ਗੋਬਿੰਦ ਸਿੰਘ ਜੀ ਨੇ। ਬਿਲਕੁਲ ਸਹੀ ਜਵਾਬ, ਗੁਰੂ ਪੰਥ ਨੂੰ ਗੁਰਿਆਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ। ਤੇ 10 ਅੰਕ ਫਿਰ ਤੋਂ ਐੜਾ ਟੀਮ ਦੇ ਖਾਤੇ ਦੇ ਵਿੱਚ। ਤੇ ਹੁਣ ਚੱਲਦੇ ਹਾਂ ਜੀ ਈੜੀ ਟੀਮ ਦੇ ਕੋਲ। ਬਿਲਕੁਲ ਜੀ, ਤੁਹਾਡਾ ਸਵਾਲ ਹੈ ਜੀ, ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਮਤ ਦੇ ਵਿਰੁੱਧ ਕੋਈ ਵੀ ਸੰਸਕਾਰ ਕਰਨ ਵਾਲੇ ਸਿੱਖ ਨੂੰ ਕੀ ਕਿਹਾ ਜਾਂਦਾ ਹੈ? ਤਨਖਾਹੀਆ ਕਿਹਾ ਜਾਂਦਾ ਹੈ। ਜਵਾਬ ਆਇਆ ਜੀ ਤਨਖਾਹੀਆ। ਬਿਲਕੁਲ ਸਹੀ ਜਵਾਬ, ਤੁਹਾਨੂੰ ਮਿਲਦੇ ਨੇ ਜੀ 10 ਅੰਕ। ਜੀ ਹੁਣ ਸੱਸਾ ਟੀਮ ਦੀ ਵਾਰੀ ਹੈ ਜੀ। ਸਵਾਲ ਹੈ, ਪੰਜਾਬ ਤੋਂ ਬਾਹਰ ਕਿੰਨੇ ਤਖਤ ਸਾਹਿਬ ਮੌਜੂਦ ਹਨ? ਸੋ ਗਿਣਤੀ ਹੋ ਰਹੀ ਹੈ, ਦੋ। ਸੋ ਗਿਣਤੀ ਤੋਂ ਬਾਅਦ ਬਿਲਕੁਲ ਸਹੀ ਜਵਾਬ ਆਇਆ ਜੀ 2। ਤੇ ਹੁਣ ਅਸੀਂ ਚੱਲਦੇ ਹਾਂ ਜੀ ਪਹਿਲਾ ਸਵਾਲ ਹੋਣ ਤੋਂ ਬਾਅਦ ਅਗਲਾ ਸਵਾਲ ਜਿਹੜਾ ਕਿ ਦੂਸਰਾ ਸਵਾਲ ਹੋਵੇਗਾ ਇਸ ਰਾਊਂਡ ਦਾ, ਊੜਾ ਟੀਮ ਦੇ ਕੋਲ ਚੱਲਦੇ ਹਾਂ। ਤੁਹਾਡਾ ਸਵਾਲ ਹੈ ਜੀ,
ਖਾਲਸਾਈ ਬੋਲਿਆਂ ਵਿੱਚ ਸੂਈ ਨੂੰ ਕੀ ਕਹਿੰਦੇ ਹਨ? ਜੀ, ਖਾਲਸਾਈ ਬੋਲਾਂ ਦੇ ਵਿੱਚ ਸਮਾਂ ਆਪਣੀ ਚਾਲ ਖਾਲਸਾਈ ਬੋਲੇ ਪੜ੍ਹੇ ਤੁਸੀਂ ਜੀ? ਹੁਣ ਸਵਾਲ ਜਾਂਦਾ ਹੈ ਜੀ ਅਗਲੀ ਟੀਮ ਦੇ ਕੋਲ। ਨਹੀਂ ਜੀ, ਹੁਣ ਈੜੀ ਟੀਮ ਨੂੰ ਪੁੱਛਦੇ ਆ ਸੂਈ ਨੂੰ ਕੀ ਕਹਿੰਦੇ ਨੇ ਜੀ। ਚੋਰ ਨਹੀਂ ਕਿਹਾ ਜਾਂਦਾ ਹੈ? ਗਲਤ ਜਵਾਬ। ਅਗਲੀ ਟੀਮ ਚਲਾਕਣ ਜੀ। ਬਿਲਕੁਲ ਸਹੀ ਜਵਾਬ। ਇਸ ਦੇ ਨਾਲ ਇਹਨਾਂ ਨੂੰ ਮਿਲਦੇ ਨੇ ਜੀ 5 ਅੰਕ। ਸ਼ਾਬਾਸ਼, ਤਾਂ ਤਿਆਰੀ ਨਾਲ ਆਏ ਨੇ ਜੀ। ਹੁਣ ਐੜਾ ਟੀਮ ਦਾ ਆਪਣਾ ਸਵਾਲ, ਖਾਲਸਾਈ ਬੋਲਿਆਂ 'ਚ ਲੱਸੀ ਨੂੰ ਕੀ ਕਹਿੰਦੇ ਹਨ? ਬੜਾ ਦਿਲਚਸਪ ਰਾਊਂਡ ਹੈ ਇਹ। ਖਾਲਸਾਈ ਬੋਲਿਆਂ ਬਾਰੇ ਜਾਣਾਂਗੇ ਅਸੀਂ ਇਸ ਰਾਊਂਡ ਦੇ ਵਿੱਚ। ਹਾਂਜੀ, ਐੜਾ ਟੀਮ ਨੂੰ ਨਹੀਂ ਆਇਆ ਜਵਾਬ, ਹੁਣ ਈੜੀ ਟੀਮ ਨੂੰ ਪੁੱਛਦੇ ਆ ਜੀ। ਖਾਰਾ ਸਮੁੰਦਰ। ਵਾਹ ਜੀ ਵਾਹ, ਆਪਣੇ ਹਿੱਸੇ ਦਾ ਜਵਾਬ ਨਹੀਂ ਦਿੱਤਾ ਤੇ ਬੋਨਸ ਨਹੀਂ ਭਰ ਛੱਡਿਆ, 5 ਨੰਬਰ ਲੈ ਲਏ ਨੇ ਜੀ ਈੜੀ ਟੀਮ ਨੇ। ਤੇ ਹੁਣ ਈੜੀ ਟੀਮ ਦਾ ਆਪਣੇ ਹਿੱਸੇ ਦਾ ਸਵਾਲ ਜੀ। ਤੁਹਾਡਾ ਸਵਾਲ ਹੈ ਜੀ, ਖਾਲਸਾਈ ਬੋਲਿਆਂ ਵਿੱਚ ਸਾਈਕਲ ਨੂੰ ਕੀ ਕਿਹਾ ਜਾਂਦਾ ਹੈ? ਸਮੇਂ ਦਾ ਧਿਆਨ ਰੱਖਿਆ ਜਾਵੇ। ਅਣਥੱਕ ਸਵਾਰੀ ਜੀ? ਨਹੀਂ, ਗਲਤ ਜਵਾਬ। ਚੱਲਦੇ ਆ ਜੀ ਟੀਮ ਸੱਸਾ ਦੇ ਕੋਲ। 10 ਨੰਬਰ ਹੀ ਹੈ? ਨਹੀਂ ਜੀ। ਉੜਾ ਦੇ ਕੋਲ? ਨਹੀਂ ਜੀ। ਐੜਾ ਟੀਮ, ਇੱਥੇ ਕਿਸੇ ਟੀਮ ਨੂੰ ਇਸਦਾ ਜਵਾਬ ਨਹੀਂ ਆਇਆ। ਖਾਲਸਾਈ ਬੋਲਿਆਂ 'ਚ ਸਾਈਕਲ ਨੂੰ ਸ਼ੈਤਾਨੀ ਚਰਖਾ ਆਖਿਆ ਜਾਂਦਾ ਹੈ ਜੀ। ਯਾਦ ਆ ਗਿਆ ਨਾ ਸਰਸਾ ਟੀਮ ਨੂੰ ਹੁਣ? ਠੀਕ ਹੈ, ਪਰ ਮੌਕੇ 'ਤੇ ਯਾਦ ਆਉਂਦਾ ਤਾਂ ਬੜੀ ਵਧੀਆ ਗੱਲ ਹੋ ਜਾਣੀ ਸੀ, ਹੈ ਨਾ, 5 ਨੰਬਰ ਮਿਲ ਜਾਂਦੇ। ਅਤੇ ਚਲੋ ਕੋਈ ਨਹੀਂ, ਹੁਣ ਤੁਹਾਡੇ ਆਪਣੇ ਹਿੱਸੇ ਦਾ ਸਵਾਲ ਆਉਂਦਾ, ਇਹ ਧਿਆਨ ਨਾਲ ਸੁਣਨਾ ਕਿ ਖਾਲਸਾਈ ਬੋਲਿਆਂ ਦੇ ਵਿੱਚ ਤੇਜਾ ਸਿੰਘ ਕਿਸ ਨੂੰ ਕਹਿੰਦੇ ਹਨ? ਸਮੇਂ ਦੀ ਸਮਾਪਤੀ ਤੇ ਸਵਾਲ ਜਾਂਦਾ ਊੜਾ ਟੀਮ ਕੋਲ। ਘੋੜਾ। ਘੋੜਾ, ਗਲਤ ਜਵਾਬ। ਐੜਾ ਟੀਮ, ਤੇਜਾ ਸਿੰਘ ਕਿਸ ਨੂੰ ਕਹਿੰਦੇ ਆ? ਦੁੱਧ ਨੂੰ? ਨਹੀਂ ਜੀ, ਦੁੱਧ ਨੂੰ ਨਹੀਂ ਜੀ। ਈੜੀ ਟੀਮ, ਇੰਜਣ ਨੂੰ। ਵਾਹ ਜੀ ਵਾਹ, ਈੜੀ ਟੀਮ ਬੜੇ ਵਿਸ਼ਵਾਸ ਨਾਲ ਪਹਿਲਾਂ ਹੀ ਬੈਠੀ ਸੀ ਕਿ ਇਹ ਸਵਾਲ ਆਉਣ ਦੋ ਸਾਡੇ ਕੋਲ ਤੇ ਸਹੀ ਜਵਾਬ ਦੇਵਾਂਗੇ। ਸਹੀ ਜਵਾਬ ਦਿੱਤਾ ਜੀ ਇਹਨਾਂ ਨੇ, ਇੰਜਣ, ਤੇ 5 ਨੰਬਰ ਇਹਨਾਂ ਨੇ ਆਪਣੇ ਖਾਤੇ ਵਿੱਚ ਜੋੜ ਲਏ ਨੇ ਜੀ। ਇਹਦੇ ਨਾਲ ਹੀ ਇਸ ਰਾਊਂਡ ਦੀ ਸਮਾਪਤੀ ਹੋ ਚੁੱਕੀ ਹੈ ਜੀ। ਹੁਣ ਚੱਲਦੇ ਹਾਂ ਜੀ ਅਸੀਂ ਆਪਣੇ ਅਗਲੇ ਰਾਊਂਡ, ਜੋ ਕਿ ਚਲੰਤ ਮੁੱਦਿਆਂ ਨਾਲ ਸੰਬੰਧਿਤ ਹੈ ਜੀ। ਇਸ ਰਾਊਂਡ ਦੇ ਵਿੱਚ ਜਿਹੜੇ ਨਿਯਮ ਨੇ, 10 ਅੰਕ ਤੁਹਾਨੂੰ ਸਹੀ ਜਵਾਬ ਦੇਣ ਤੇ ਮਿਲਣਗੇ ਤੇ 15 ਸੈਕਿੰਡ ਦਾ ਸਮਾਂ ਹੋਏਗਾ ਜਵਾਬ ਦੇਣ ਲਈ। ਇੱਕ ਚੀਜ਼ ਥੋੜੀ ਜਿਹੀ ਬਦਲਾਅ ਕੀਤਾ ਗਿਆ ਜਿਹਦੇ ਵਿੱਚ ਕਿ ਤੁਹਾਨੂੰ ਜਿਹੜੇ 4 ਆਪਸ਼ਨਸ ਦਿੱਤੇ ਜਾਣਗੇ, ਜੇਕਰ ਤੁਹਾਨੂੰ ਉਹਨਾਂ 4 ਆਪਸ਼ਨਸ ਵਿੱਚੋਂ ਜਵਾਬ ਯਾਦ ਕਰਨ ਦੇ ਵਿੱਚ ਜਾਂ ਦੇਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ 50-50 ਦੀ ਆਪਸ਼ਨ ਦਿੱਤੀ ਗਈ ਹੈ। ਇਹ ਸਹੂਲਤ ਹੈ, ਤੁਸੀਂ 50-50 ਕਹੋਗੇ ਤਾਂ ਅਸੀਂ ਤੁਹਾਨੂੰ 2 ਆਪਸ਼ਨਸ ਉਹ ਦੇਵਾਂਗੇ ਜਿਨ੍ਹਾਂ ਵਿੱਚ ਇੱਕ ਸਵਾਲ ਦਾ ਜਵਾਬ ਸਹੀ ਹੋਵੇਗਾ ਤੇ ਦੂਸਰਾ ਗਲਤ ਹੋਵੇਗਾ।
ਤੁਸੀਂ ਫਿਰ ਦੋ ਆਪਸ਼ਨਸ ਦੇ ਵਿੱਚੋਂ ਜਵਾਬ ਚੁਣਨਾ ਹੋਏਗਾ। ਤੁਹਾਨੂੰ ਸਵਾਲ ਪੁੱਛਿਆ ਜਾਵੇਗਾ, ਚਾਰ ਆਪਸ਼ਨਸ ਪੁੱਛੀਆਂ ਜਾਣਗੀਆਂ। ਜੇਕਰ ਚਾਰੋਂ ਆਪਸ਼ਨਸ ਵਿੱਚੋਂ ਤੁਹਾਨੂੰ ਜਵਾਬ ਨਹੀਂ ਆਉਂਦਾ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ 50-50, ਤਾਂ ਦੋ ਆਪਸ਼ਨਸ ਉਹਦੇ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ ਅਤੇ ਸਿਰਫ ਦੋ ਆਪਸ਼ਨਸ ਹੀ ਤੁਹਾਨੂੰ ਦਿੱਤੀਆਂ ਜਾਣਗੀਆਂ। ਇਹ ਸਹੂਲਤ ਤੁਹਾਨੂੰ ਦੋਨੋਂ ਰਾਊਂਡਸ ਦੇ ਵਿੱਚ ਮਿਲੇਗੀ। ਠੀਕ ਹੈ ਜੀ, ਤਿਆਰ ਹੋ ਜੀ। ਹੁਣ ਚੱਲਦੇ ਹਾਂ ਜੀ ਊੜਾ ਟੀਮ ਦੇ ਕੋਲ। ਚਲੰਤ ਮਸਲਿਆਂ ਦੇ ਵਿੱਚ ਤੁਹਾਡੇ ਲਈ ਸਵਾਲ ਹੈ, ਕਿਹੜੇ ਦੇਸ਼ ਨੇ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਟਰਮੀਨਲ ਦੇ ਨਿਰਮਾਣ ਦਾ ਐਲਾਨ ਕੀਤਾ ਹੈ? ਸਵਾਲ ਸਮਝ ਆ ਗਿਆ ਤੁਹਾਨੂੰ? ਆਪਸ਼ਨਸ ਨੇ ਕਤਰ, UAE, ਸਾਊਦੀ ਅਰਬੀਆ, ਕੁਵੈਤ। 50-50। ਸੋ ਹੁਣ ਤੁਹਾਡੀ ਆਪਸ਼ਨਸ ਨੇ ਸਾਊਦੀ ਅਰਬੀਆ, UAE। ਸਾਊਦੀ ਅਰਬੀਆ। ਦੋ ਆਪਸ਼ਨਸ ਮਿਲੀਆਂ, ਉਹਨਾਂ ਵਿੱਚੋਂ ਜਿਹੜੀ ਗਲਤ ਸੀ ਉਹ ਚੁਣ ਲਈ ਗਈ। ਸਹੀ ਜਵਾਬ ਸੀ UAE। ਇਸ ਲਈ ਕੋਈ ਅੰਕ ਇਸ ਜਵਾਬ ਲਈ ਨਹੀਂ ਮਿਲਦਾ ਤੁਹਾਨੂੰ ਊੜਾ ਟੀਮ। ਤੇ ਹੁਣ ਚੱਲਦੇ ਹਾਂ ਜੀ ਐੜਾ ਟੀਮ ਦੇ ਕੋਲ। ਤੁਹਾਡੇ ਲਈ ਸਵਾਲ ਹੈ ਜੀ, ਇਹਨਾਂ ਵਿੱਚੋਂ ਕਿਹੜਾ ਦੇਸ਼ G7 ਦਾ ਮੈਂਬਰ ਨਹੀਂ ਹੈ? ਤੁਹਾਡੇ ਆਪਸ਼ਨਸ ਨੇ UK, ਕੈਨੇਡਾ, ਆਸਟ੍ਰੇਲੀਆ, ਜਪਾਨ। 50-50। ਤੁਹਾਡੇ ਆਪਸ਼ਨਸ ਨੇ ਕੈਨੇਡਾ, ਆਸਟ੍ਰੇਲੀਆ। ਕੈਨੇਡਾ। ਜਵਾਬ ਆਇਆ ਜੀ ਕੈਨੇਡਾ। ਤੁਸੀਂ ਵੀ ਗਲਤ ਆਪਸ਼ਨ ਚੁਣ ਲਿਆ ਜੀ, ਤੁਹਾਨੂੰ ਇਸਦੇ ਅੰਕ ਨਹੀਂ ਮਿਲਣਗੇ। ਸੋ 50-50 ਨੇ ਸਾਥ ਹਜੇ ਤੱਕ ਤਾਂ ਦਿੱਤਾ ਨਹੀਂ। ਅੱਗੇ ਦੇਖਦੇ ਹਾਂ ਜੀ ਈੜੀ ਟੀਮ, ਤੁਹਾਡੇ ਲਈ ਸਵਾਲ ਆ ਰਿਹਾ ਜੀ, ਪੈਰਿਸ ਪੈਰਾ ਓਲੰਪਿਕ 2024 ਵਿੱਚ ਭਾਰਤ ਲਈ ਪਹਿਲਾ ਤਗਮਾ ਕਿਸਨੇ ਜਿੱਤਿਆ? ਆਪਸ਼ਨਸ ਨੇ ਮੋਨਾ ਅਗਰਵਾਲ, ਦੀਪਾ ਮਲਿਕ, ਅਵਨੀ ਲੇਖਾਰਾ, ਟੇਕਚੰਦ। 50-50 ਜੀ। ਤੇ ਦੋਨੋਂ ਆਪਸ਼ਨਸ ਜਿਹੜੀਆਂ ਹੁਣ ਨੇ ਤੁਹਾਡੇ ਲਈ, ਅਵਨੀ ਲੇਖਾਰਾ, ਦੀਪਾ ਮਲਿਕ। ਦੀਪਾ ਮਲਿਕ। ਵਾਹ ਜੀ ਵਾਹ, ਇਹਨਾਂ ਨੇ ਤਾਂ ਏਕਾ ਕਰ ਲਿਆ ਕਿ ਜਿਹੜੀ ਆਪਸ਼ਨ ਗਲਤ ਹੈ ਉਹਨੂੰ ਚੁਣਨਾ ਸੀ। ਸਹੀ ਜਵਾਬ ਸੀ ਜੀ ਅਵਨੀ ਲੇਖਾਰਾ। ਸੋ 10 ਅੰਕ ਈੜੀ ਟੀਮ ਤੁਹਾਨੂੰ ਫੇਰ ਨਹੀਂ ਮਿਲ ਰਹੇ ਇਸ ਜਵਾਬ ਲਈ। ਹੁਣ ਸੱਸਾ ਟੀਮ ਦੀ ਵਾਰੀ। ਤੁਹਾਡੇ ਲਈ ਸਵਾਲ ਹੈ ਜੀ, ਕਿਹੜੀ ਫੋਰਸ ਨੂੰ ਬਲੈਕ ਕੈਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਤੁਹਾਡੇ ਆਪਸ਼ਨਸ ਨੇ ਇੰਡੀਅਨ ਆਰਮੀ, NSD, ਮਾਰਕੋਸ, ਅਸਾਮ ਰਾਈਫਲਸ। ਜੀ ਉਹਦੇ ਕੰਨ 'ਚ 50-50 ਹੋ ਜਾਂਦਾ। ਹਾਂਜੀ ਸੁਣ ਲਿਆ ਸੀ। ਤੁਹਾਡੀਆਂ ਆਪਸ਼ਨਸ ਨੇ ਮਾਰਕੋਸ, NSD। NSD। ਬਿਲਕੁਲ ਸਹੀ ਜਵਾਬ, ਤੁਹਾਡੇ ਖਾਤੇ ਵਿੱਚ ਉੱਡਦੇ ਨੇ ਜੀ 10 ਅੰਕ। ਸੋ ਸੱਸਾ ਟੀਮ ਨੇ ਰਿਕਾਰਡ ਤੋੜਤਾ ਜੀ ਦੋ ਆਪਸ਼ਨ ਚੋਂ ਗਲਤ ਜਵਾਬ ਚੁਣਨ ਦਾ। ਸਹੀ ਜਵਾਬ ਚੁਣ ਲਿਆ। ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਇਹੀ ਰੀਤ ਜਿਹੜੀ ਅੱਗੇ ਚੱਲੇ। ਊੜਾ ਟੀਮ ਲਈ ਸਵਾਲ ਹੈ ਜੀ, ਭਾਰਤੀ ਹਵਾਈ ਸੈਨਾ ਦੇ 48ਵੇਂ ਉਪ ਮੁਖੀ ਵਜੋਂ ਅਹੁਦਾ ਕਿਸਨੇ ਸੰਭਾਲਿਆ? ਭਾਰਤੀ ਹਵਾਈ ਸੈਨਾ ਦੇ 48ਵੇਂ ਉਪ ਮੁਖੀ ਵਜੋਂ। ਤੇ ਆਪਸ਼ਨਸ ਨੇ ਏਅਰ ਮਾਰਸ਼ਲ ਰਜਿੰਦਰ ਸਿੰਘ, ਏਅਰ ਮਾਰਸ਼ਲ ਚੌਧਰੀ ਵਿਵੇਕ ਰਾਮ, ਏਅਰ ਮਾਰਸ਼ਲ ਤੇਜਿੰਦਰ ਸਿੰਘ, ਜਾਂ ਫਿਰ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ। 50-50। ਠੀਕ ਹੈ ਜੀ, ਸਹੂਲਤ ਮਿਲੀ ਹੈ ਤਾਂ ਉਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਨਾ। ਤਾਂ ਤੁਹਾਡੇ ਦੋ ਆਪਸ਼ਨਸ ਨੇ ਏਅਰ ਮਾਰਸ਼ਲ ਤੇਜਿੰਦਰ ਸਿੰਘ ਜੀ, ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਜੀ।
ਏਅਰ ਮਾਰਸ਼ਲ ਤੇਜਿੰਦਰ ਸਿੰਘ ਜੀ। ਬਿਲਕੁਲ, ਜਿਵੇਂ ਮੈਂ ਕਿਹਾ ਸੀ ਅਸੀਂ ਚਾਹੁੰਦੇ ਹਾਂ ਰੀਤ ਅੱਗੇ ਚੱਲੇ ਸਹੀ ਜਵਾਬ ਚੁਣਨ ਦੀ, ਤਾਂ ਇਹਨਾਂ ਨੇ ਉਹ ਮੰਨ ਲਈ ਹੈ ਜੀ, ਸਹੀ ਜਵਾਬ ਦੇ ਦਿੱਤਾ ਹੈ ਅਤੇ 10 ਨੰਬਰ ਉੜਾ ਟੀਮ ਨੇ ਚਲੰਤ ਮੁੱਦਿਆਂ ਦਾ ਜਿਹੜਾ ਸਵਾਲ ਜੀ ਪਹਿਲਾ ਹੀ ਸਵਾਲ ਅਤੇ ਆਖਰੀ ਇਹਨਾਂ ਦਾ ਜਿਹਦੇ ਲਈ ਇਹਨਾਂ ਨੇ 10 ਅੰਕ ਲੈ ਲਏ ਨੇ ਜੀ। ਹੁਣ ਚੱਲਦੇ ਹਾਂ ਜੀ ਟੀਮ ਮੈਡਾ ਦੇ ਕੋਲ। ਤੁਹਾਡਾ ਸਵਾਲ ਹੈ, ਅਵਨੀ ਲਿਖਾਰਾ ਨੇ ਪੈਰਾ ਓਲੰਪਿਕ 2024 ਵਿੱਚ ਕਿੰਨੇ ਸੋਨ ਤਗਮੇ ਜਿੱਤੇ? ਤੁਹਾਡੇ ਆਪਸ਼ਨਸ ਨੇ 3, 2, 1, 4। ਇੱਕ। ਤੁਸੀਂ ਜੇ 50-50 ਚੁਣ ਲੈਂਦੇ ਤਾਂ ਮੇ ਵੀ ਤੁਹਾਡਾ ਜਵਾਬ ਸਹੀ ਹੋ ਸਕਦਾ ਸੀ। ਤੁਹਾਡਾ ਜਵਾਬ ਗਲਤ ਹੈ ਜੀ। ਅਵਨੀ ਲਿਖਾਰਾ ਨੇ ਪੈਰਾ ਓਲੰਪਿਕ 2024 ਵਿੱਚ 2 ਸੋਨ ਤਗਮੇ ਜਿੱਤੇ ਸਨ। ਗਲਤ ਜਵਾਬ ਹੋਣ ਕਾਰਨ ਤੁਹਾਨੂੰ ਇਸਦੇ ਅੰਕ ਨਹੀਂ ਮਿਲਣਗੇ। ਸੋ ਕੋਈ ਗੱਲ ਨਹੀਂ, ਦਿਲ ਨਹੀਂ ਹਾਰਨਾ, ਤੁਹਾਨੂੰ ਇੱਕ ਸਹੀ ਜਵਾਬ ਪਤਾ ਲੱਗਿਆ ਜੋ ਨਹੀਂ ਸੀ ਆਉਂਦਾ, ਹੈ ਨਾ? ਆਉਂਦਾ ਸੀ ਤੇ ਗਲਤ ਬੋਲਿਆ ਗਿਆ। ਓਹੋ, ਸੋ ਟੀਮ ਵਰਕ ਦੇ ਵਿੱਚ ਕਿਤੇ ਕਮੀ ਰਹਿ ਗਈ, ਇਹ ਵੀ ਅਸੀਂ ਸਿੱਖ ਲੈਂਦੇ ਹਾਂ, ਹੈ ਨਾ, ਕਿ ਟੀਮ ਵਰਕ ਦੇ ਨਾਲ ਚੱਲਣਾ, ਹੈ ਨਾ। ਤੁਹਾਡੇ ਗਿਆਨ 'ਚ ਵਾਧਾ ਹੋਇਆ ਜੀ? ਬਿਲਕੁਲ, ਗਿਆਨ ਵਿੱਚ ਵਾਧਾ ਹੋਇਆ, ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਦੇ ਗਿਆਨ 'ਚ ਵਾਧਾ ਹੋ ਗਿਆ, ਹੈ ਨਾ। ਠੀਕ ਹੈ, ਹੁਣ ਚੱਲਦੇ ਹਾਂ ਜੀ ਈਡੀ ਟੀਮ ਦੇ ਕੋਲ, ਇਸ ਆਖਰੀ ਰਾਊਂਡ ਦਾ ਉਹਨਾਂ ਦਾ ਆਖਰੀ ਸਵਾਲ ਲੈ ਕੇ। ਜੰਮੂ ਕਸ਼ਮੀਰ ਦੀ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਨੇ ਪੈਰਾ ਓਲੰਪਿਕ ਦੇ ਕਿਸ ਮੁਕਾਬਲੇ 'ਚ ਕਾਂਸੀ ਤਗਮਾ ਜਿੱਤਿਆ? ਮੁਕਾਬਲਿਆਂ ਦੇ ਨਾਮ ਨੇ 100 ਮੀਟਰ ਏਅਰ ਰਾਈਫਲ ਸ਼ੂਟਿੰਗ, ਟ੍ਰੈਪ ਸ਼ੂਟਿੰਗ, ਕੰਪਾਊਂਡ ਆਰਕਰੀ, 50 ਮੀਟਰ ਏਅਰ ਰਾਈਫਲ ਸ਼ੂਟਿੰਗ। 50-50। ਠੀਕ ਹੈ ਜੀ, 50-50। ਹੁਣ ਦੋ ਆਪਸ਼ਨਸ ਤੁਹਾਡੇ ਲਈ ਜਿਹੜੀਆਂ ਨੇ, 50 ਮੀਟਰ ਏਅਰ ਰਾਈਫਲ ਸ਼ੂਟਿੰਗ, ਕੰਪਾਊਂਡ ਆਰਕਰੀ। ਕੰਪਾਊਂਡ ਆਰਕਰੀ। ਸੋ ਇਸ ਵਾਰ ਜਵਾਬ ਸਹੀ ਕਿ ਗਲਤ? ਵਾਹਿਗੁਰੂ ਜੀ ਨੂੰ ਪਤਾ, ਹੈ ਨਾ, ਤੇ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੈ ਤੁਹਾਡੇ ਸਿਰ ਤੇ। ਸਹੀ ਜਵਾਬ ਆ ਗਿਆ ਜੀ, ਕੰਪਾਊਂਡ ਆਰਕਰੀ, ਤੇ 10 ਨੰਬਰ ਈਰੀ ਟੀਮ ਨੇ ਆਪਣੇ ਖਾਤੇ 'ਚ ਜੋੜ ਲਏ ਨੇ ਜੀ। ਹੁਣ ਚੱਲਦੇ ਹਾਂ ਜੀ ਇਸ ਮੁਕਾਬਲੇ ਦੇ ਅਖੀਰਲੇ ਸਵਾਲ ਵੱਲ ਜੀ। ਤੁਹਾਡਾ ਸਵਾਲ ਹੈ ਜੀ, ਪੈਰਾ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਕਿਸ ਨੇ ਜਿੱਤਿਆ? ਤੁਹਾਡੇ ਆਪਸ਼ਨਸ ਨੇ ਮੁਰਲੀਕਾਂਤ ਪੇਟਕਰ, ਦੇਵਿੰਦਰ, ਮਹੀਅੱਪਨ, ਦੀਪਾ ਮਲਿਕ। 50-50। ਬਿਲਕੁਲ ਜੀ, ਤੁਹਾਡੇ ਆਪਸ਼ਨਸ ਨੇ ਮਹੀਅੱਪਨ, ਮੁਰਲੀਕਾਂਤ ਪੇਟਕਰ। ਮੁਰਲੀਕਾਂਤ। ਤੁਹਾਡਾ ਜਵਾਬ ਬਿਲਕੁਲ ਦਰੁਸਤ ਹੈ ਜੀ, ਤੁਹਾਡੇ ਖਾਤੇ ਵਿੱਚ ਜੁੜਦੇ ਨੇ ਜੀ 10 ਅੰਕ। ਸੋ ਇਹਦੇ ਨਾਲ ਹੀ ਚਲੰਤ ਮੁੱਦਿਆਂ ਤੇ ਮਸਲਿਆਂ ਦਾ ਜਿਹੜਾ ਰਾਊਂਡ ਸੀ ਉਹ ਵੀ ਸਮਾਪਤ ਹੁੰਦਾ ਹੈ, ਤੇ ਅੱਜ ਦਾ ਇਹ ਸੈਮੀਫਾਈਨਲ ਦਾ ਜਿਹੜਾ ਮੁਕਾਬਲਾ ਤੁਸੀਂ ਦੇਖ ਰਹੇ ਸੀ ਉਹ ਵੀ ਖਤਮ ਹੁੰਦਾ ਹੈ, ਪਰ ਇੰਤਜ਼ਾਰ ਹੈ ਅਜੇ ਨਤੀਜਿਆਂ ਦਾ ਕਿ ਇਹਨਾਂ ਚਾਰਾਂ ਟੀਮਾਂ ਵਿੱਚੋਂ ਕਿਹੜੀ ਟੀਮ ਅਵਲ ਆਈ ਹੈ ਜੀ, ਤੇ ਕਿਹੜੀ ਟੀਮ ਰਹੀ ਹੈ ਦੂਸਰੇ ਸਥਾਨ ਤੇ। ਅਸੀਂ ਚੱਲਾਂਗੇ ਜੀ ਸਾਡੇ ਜੱਜ ਸਾਹਿਬ ਦੇ ਕੋਲ। ਟੀਮ ਉੜਾ ਜਿਹਨੇ 80 ਅੰਕ ਹਾਸਲ ਕੀਤੇ, ਟੀਮ ਆੜਾ ਜਿਸ ਨੇ 95 ਅੰਕ ਹਾਸਲ ਕੀਤੇ, ਟੀਮ ਈੜੀ ਜਿਸ ਨੇ 120 ਅੰਕ ਹਾਸਲ ਕੀਤੇ, ਤੇ ਟੀਮ ਸੱਸਾ ਜਿਸ ਨੇ 105 ਅੰਕ ਹਾਸਲ ਕੀਤੇ। ਤੇ ਅੱਜ ਦੀ ਵਿਨਰ ਟੀਮ ਈੜੀ ਟੀਮ ਨੂੰ ਕੋਸ਼ਿਸ਼ ਕੀਤਾ ਜਾਂਦਾ ਹੈ, ਅਨਾਊਂਸ ਕੀਤਾ ਜਾਂਦਾ। ਜੱਜ ਸਾਹਿਬ ਨੇ ਨਤੀਜੇ ਦੱਸ ਦਿੱਤੇ ਨੇ, ਜਿਨ੍ਹਾਂ ਅਨੁਸਾਰ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਹੈ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਦੇਵਾਲ ਮਾਹਿਲਪੁਰ ਹੁਸ਼ਿਆਰਪੁਰ। ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਹੈ ਜੀ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ
ਤਲਵੰਡੀ ਸਾਬੋ ਬਠਿੰਡਾ ਤੋਂ ਸੋ ਈੜੀ ਟੀਮ ਅਤੇ ਸੱਸਾ ਟੀਮ ਪਹਿਲੇ ਅਤੇ ਦੂਸਰੇ ਸਥਾਨ ਤੇ ਆਈਆਂ ਨੇ ਤੇ ਊੜਾ ਅਤੇ ਆੜਾ ਟੀਮ ਇਹਨਾਂ ਦੋਨਾਂ ਦੀ ਹੋ ਰਹੀ ਹੈ ਜੀ ਘਰ ਵਾਪਸੀ ਤੇ ਇਹਨਾਂ ਲਈ ਖਾਸ ਤੌਰ ਤੇ ਇੱਥੇ ਕਹਿਣਾ ਚਾਹਾਂਗੇ ਕੀ ਹੋਇਆ ਜੇ ਹਲੇ ਜਿੱਤਿਆ ਨਹੀਂ ਕੀ ਹੋਇਆ ਹਲੇ ਜਿੱਤਿਆ ਨਹੀਂ ਅੱਖਾਂ ਮੈਦਾਨ 'ਚ ਹੀ ਗੱਡੀਆਂ ਨੇ ਉਹਨਾਂ ਨਾਲੋਂ ਤਾਂ ਚੰਗਾ ਹਾਂ ਜਿਨ੍ਹਾਂ ਕੋਸ਼ਿਸ਼ਾਂ ਅੱਧ ਵਿਚਕਾਰ ਹੀ ਛੱਡੀਆਂ ਨੇ ਤੇ ਕੋਸ਼ਿਸ਼ ਵਿਚਕਾਰ ਨਹੀਂ ਛੱਡਣੀ ਚੱਲਦੇ ਰਹਿਣਾ ਇਸੇ ਤਰ੍ਹਾਂ ਲੜਦੇ ਰਹਿਣਾ ਤੇ ਈੜੀ ਟੀਮ ਸਾਡੇ ਨਾਲ ਜਾ ਰਹੀ ਹੈ ਜੀ ਫਾਈਨਲ ਦੇ ਵਿੱਚ ਤੇ ਸੱਸਾ ਟੀਮ ਨੂੰ ਮੌਕਾ ਮਿਲ ਰਿਹਾ ਹੈ ਇੱਕ ਵਾਰੀ ਫੇਰ ਅਗਲੇ ਸੈਮੀਫਾਈਨਲ ਮੁਕਾਬਲੇ ਵਿੱਚ ਲੜਨ ਦਾ ਉਹਨਾਂ ਲਈ ਇੱਕ ਹੋਰ ਅਵਸਰ ਹੈ ਫਾਈਨਲ ਵਿੱਚ ਜਾਣ ਦਾ ਸੋ ਦੋਨਾਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਹਦੇ ਨਾਲ ਹੀ ਮੈਂ ਅਮਨਪ੍ਰੀਤ ਕੌਰ ਮੈਂ ਸਤਵੀਰ ਸਿੰਘ ਸਾਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।